ਸਤਿ ਸ਼੍ਰੀ ਅਕਾਲ ਜੀ, ਸਵਾਗਤ ਜੀ ਆਇਆਂ ਨੂੰ, ਵੈਲਕਮ ਉਹ ਸਾਰੇ ਦਰਸ਼ਕ ਜਿਹੜੇ ਇਸ ਵੇਲੇ ਸਾਡੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਨੇ। ਸੋ ਸਟੂਡੈਂਟ ਵੀਜ਼ਾ ਦੀ ਗੱਲ ਕਰਾਂਗੇ, ਉਹਨਾਂ ਬੱਚਿਆਂ ਦੀ, ਉਹਨਾਂ ਵਿਦਿਆਰਥੀਆਂ ਦੀ ਗੱਲ ਕਰਾਂਗੇ ਜਿਹੜੇ ਵਿਦੇਸ਼ ਪੜ੍ਹਨ ਦੇ ਲਈ ਜਾਣਾ ਚਾਹੁੰਦੇ ਨੇ, ਸਟੂਡੈਂਟ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ। ਐਕਸਪਰਟ ਦੇ ਕੋਲੋਂ ਤੁਹਾਡੇ ਸਵਾਲ ਨੇ ਜਿਹੜੇ, ਉਹਨਾਂ ਦਾ ਜਵਾਬ ਲਵਾਂਗੇ, ਨਵੀਂ ਜਾਣਕਾਰੀ ਜਿਹੜੀ ਦੇਣ ਦੀ ਕੋਸ਼ਿਸ਼ ਕਰਾਂਗੇ। ਪਹਿਲਾਂ ਜਿਹੜਾ ਸਵਾਗਤ ਕਰ ਲਈ, ਉਸ ਤੋਂ ਬਾਅਦ ਚਰਚਾ ਨੂੰ ਸ਼ੁਰੂ ਕਰਦੇ ਹਾਂ। ਮੇਰੇ ਨਾਲ ਕ੍ਰੀਏਟਿਵ ਫਿਊਚਰ ਕੌਂਸਲੈਂਸਾ ਤੋਂ ਗੁਰਪ੍ਰੀਤ ਕੌਰ ਮੈਮ ਨੇ ਪਹਿਲਾਂ ਸਵਾਗਤ ਕਰ ਲਿਆ। ਮੈਮ ਬਹੁਤ ਬਹੁਤ ਸਵਾਗਤ ਹੈ ਮੇਰੇ ਵੱਲੋਂ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਕੁਲਦੀਪ ਜੀ। ਜੀ, ਪਹਿਲਾਂ ਪਿਛਲੇ ਸ਼ੋਅਜ਼ ਦੇ ਵਿੱਚ ਗੱਲ ਕੀਤੀ, ਉਹ ਬੱਚੇ ਜਿਨ੍ਹਾਂ ਦੇ ਬੈਂਡ ਘੱਟ ਨੇ ਪਰ ਕੈਨੇਡਾ ਜਾਣਾ ਚਾਹੁੰਦੇ ਨੇ, ਸਿਕਸ ਦੀ ਜਿਹੜੀ ਰਿਕੁਆਇਰਮੈਂਟ ਸਭ ਨੂੰ ਪਤਾ ਹੈ SPP ਦੇ ਵਿੱਚ, ਬਟ ਕਾਫੀ ਬੱਚੇ ਨੇ ਜਿਨ੍ਹਾਂ ਦੇ 5 ਜਾਂ 5.5 ਬੈਂਡ ਨੇ ਜਾਂ ਵਿਦਆਊਟ ਆਇਲਸ ਅਪਲਾਈ ਕਰਨਾ ਚਾਹੁੰਦੇ ਨੇ। ਕਾਫੀ ਜਾਣਕਾਰੀ ਦਿੱਤੀ ਗਈ, ਕਾਫੀ ਸਵਾਲ ਤੁਹਾਡੇ ਤੱਕ ਪਹੁੰਚੇ, ਕਾਫੀ ਮੇਰੇ ਕੋਲ ਵੀ ਪਹੁੰਚੇ। ਦੋ ਚੀਜ਼ਾਂ ਨਿਕਲ ਕੇ ਆਈਆਂ, ਇੱਕ ਸੀ ਜਿਹੜੀ ਸਭ ਤੋਂ ਜ਼ਿਆਦਾ ਜਿਹੜੀ ਮੇਨ ਜਿਹੜੇ ਬੱਚਿਆਂ ਨੇ ਪੁੱਛਣ ਦਾ, ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਰਿਜ਼ਲਟਸ ਆਏ ਸੀ ਜਾਂ CBSE ਦੇ ਆਏ, ਬੱਚਿਆਂ ਕੋਲ ਇੰਨਾ ਟਾਈਮ ਨਹੀਂ ਕਿ ਉਹ ਬੱਚੇ ਹੁਣ ਆਇਲਸ ਕਰ ਲੈਣ ਜਾਂ ਡੇਟਸ ਲੈ ਲੈਣ ਆਇਲਸ ਦੀਆਂ, ਫਿਰ ਸੈਪਟੰਬਰ ਨੂੰ ਫੜ ਸਕਣ। ਕੀ ਦੇਖਦੇ ਹੋ, ਜਿਹੜੇ ਬੱਚਿਆਂ ਦੇ 70-80% ਮਾਰਕਸ ਨੇ ਉਹ ਵਿਦਆਊਟ ਆਇਲਸ ਅਪਲਾਈ ਕਰਕੇ ਵੀਜ਼ਾ ਲੈ ਸਕਦੇ ਨੇ, ਬੱਚਿਆਂ ਦਾ ਇਹ ਸਵਾਲ ਸੀ। ਕੁਲਦੀਪ ਜੀ, ਬੱਚਿਆਂ ਦਾ ਸਵਾਲ ਇਹ ਸੀਗਾ ਕਿ ਉਹ 70-80% ਆਇਲਸ ਸਕੋਰ ਪਰਸੈਂਟੇਜ ਨੇ, ਅਕੈਡਮਿਕ ਪਰਸੈਂਟੇਜ ਨੇ, ਅਤੇ ਮੇਰੇ ਕੋਲ ਐਵੇਂ ਦੇ ਕਾਲਜਿਸ ਔਰ ਯੂਨੀਵਰਸਿਟੀਜ਼ ਹੈਗੀਆਂ ਜਿਹਦੇ ਵਿੱਚ ਬੱਚਿਆਂ ਨੂੰ ਐਡਮਿਸ਼ਨਸ ਮਿਲ ਰਹੀਆਂ ਵਿਦਆਊਟ ਆਇਲਸ। ਪਹਿਲਾਂ ਮਾਰਕੀਟ ਦੇ ਵਿੱਚ ਬਹੁਤ ਹੋਊਆ ਸੀਗਾ ਕਿ ਵਿਦਆਊਟ ਆਇਲਸ ਫਾਈਲ ਨਹੀਂ ਲੱਗਦੀ, ਇਹੋ ਜਿਹੀ ਗੱਲ ਨਹੀਂ ਹੈ ਕਿ ਵਿਦਆਊਟ ਆਇਲਸ ਫਾਈਲ ਨਹੀਂ ਲੱਗਦੀ ਜਾਂ ਤੁਹਾਨੂੰ ਵੀਜ਼ਾ ਨਹੀਂ ਮਿਲੇਗਾ ਜਾਂ ਤੁਹਾਨੂੰ ਕੋਈ ਕਾਲਜ ਐਡਮਿਸ਼ਨ ਨਹੀਂ ਦੇਗਾ। ਤੁਹਾਡੇ ਅਕੈਡਮਿਕ ਡਾਕੂਮੈਂਟ ਹੀ ਤੁਹਾਨੂੰ ਕੁਆਲੀਫਾਈ ਕਰ ਦਿੰਦੇ ਹੈ ਕਿ ਤੁਸੀਂ ਕਿੰਨੇ ਕੁ ਅੱਛੇ ਸਟੂਡੈਂਟ ਹੋ ਔਰ ਕਿੰਨੇ ਕੁ ਵੀਕ ਸਟੂਡੈਂਟ ਹੋ। ਉਸ ਚੀਜ਼ 'ਤੇ ਮੈਂ ਇਹੀ ਕਹੂੰਗੀ ਸਟੂਡੈਂਟ ਨੂੰ, ਚਲੋ ਆਇਲਟਸ ਪੇਪਰ ਇੱਕ ਵਾਰ ਦੇ ਲਏ ਸਟੂਡੈਂਟ, ਬਹੁਤ ਵੱਡੀ ਗੱਲ ਨਹੀਂ ਹੈ। 12-13 ਹਜ਼ਾਰ ਫੀਸ ਹੈ ਜਿਹੜੀ ਕਿ ਉਹ ਪੇ ਆਊਟ ਕਰਦੇ ਆਪਣਾ ਆਇਲਟਸ ਕੰਪਲੀਟ ਕਰੇ। ਕਾਫੀ ਬੱਚਿਆਂ ਨੂੰ ਡੇਟਸ ਨਹੀਂ ਮਿਲ ਰਹੀਆਂ, ਤਾਂ ਕਰਕੇ ਵੀ ਸ਼ਾਇਦ ਕਹਿੰਦੇ ਕਿ ਸਤੰਬਰ ਅਗਰ ਇੰਟੇਕ ਨਾ ਨਿਕਲੇ, ਡੇਟਸ ਨਹੀਂ ਮਿਲ ਰਹੀਆਂ ਤਾਂ ਅਪਲਾਈ ਕਰ ਸਕਦਾ ਹੈ ਬੱਚਾ। ਤੁਸੀਂ ਡਾਕੂਮੈਂਟਸ ਲੈ ਕੇ ਆਓ, ਅਸੀਂ ਤੁਹਾਨੂੰ ਉੱਥੋਂ ਐਲੋ ਲੈਟਰ ਦਵਾ ਦਿੰਦੇ ਹਾਂ, ਸਾਰਾ ਕੁਝ ਹੋ ਜਾਏਗਾ। ਜੇ ਤੁਸੀਂ ਆਇਲਟਸ ਪੇਪਰ, ਇਹ ਨਹੀਂ ਕਿ ਵੀਜ਼ਾ ਆਉਣ ਤੋਂ ਬਾਅਦ ਵੀ ਤੁਸੀਂ ਆਇਲਟਸ ਪੇਪਰ ਦੇ ਕੇ ਜਾਣਾ ਚਾਹੁੰਦੇ ਹੋ ਤਾਂ ਦੇ ਦਿਓ। ਤੁਸੀਂ ਇੱਕ ਵਾਰ ਆਪਣੀ ਆਇਲਟਸ ਦੀ ਡੇਟ ਲੈ ਲਓ, ਉਸ ਚੀਜ਼ ਨੂੰ ਨਾ ਲਿਮਿਟ ਕਰੋ। ਮੈਂ ਕਹਿੰਦੀ ਕਿਤੇ ਵੀ ਬੱਚੇ ਦਾ ਵੀਕ ਪੁਆਇੰਟ ਨਹੀਂ ਰਹਿਣਾ ਚਾਹੀਦਾ ਕਿ ਕਿਸੇ ਵੀ ਚੀਜ਼ 'ਤੇ ਬੱਚਾ ਮਿਸਗਾਈਡ ਨਾ ਹੋਵੇ। ਇਹ ਨਹੀਂ ਕਿ ਵਿਦਆਊਟ ਆਇਲਟਸ ਵੀਜ਼ਾਸ ਨਹੀਂ ਆ ਰਹੇ, ਵਿਦਆਊਟ ਆਇਲਟਸ ਕੈਨੇਡੀਅਨ ਅੰਬੈਸੀ ਫਾਈਲਸ ਨਹੀਂ ਲੈ ਰਹੀ। ਇਸ ਟਾਈਮ ਕੈਨੇਡੀਅਨ ਅੰਬੈਸੀ ਕਾਫੀ ਲੀਨੀਅਟ ਹੋਈ ਹੋਈ ਹੈ ਕਿ ਉਹ ਚਾਹੁੰਦੀ ਹੈ ਕਿ ਬੱਚਾ ਆਪਣਾ ਰਿਵਿਊ ਦੇ, ਬੱਚੇ ਦਾ ਪ੍ਰੋਫਾਈਲ ਕਿਵੇਂ ਦਾ ਹੈ। ਬੱਚੇ ਦਾ ਅਕੈਡਮਿਕ ਡਾਕੂਮੈਂਟ 'ਚ 70-80% ਆ ਤਾਂ ਕੋਈ ਗੱਲ ਨਹੀਂ, ਉਹਨੂੰ ਆਇਲਟਸ ਡੇਟ ਨਹੀਂ ਮਿਲ ਰਹੀ, ਲਾਇਕ ਬੱਚਾ ਮੰਨਿਆ ਜਾਂਦਾ ਹੈ, ਅਤੇ ਉਹ ਅਪਲਾਈ ਕਰ ਸਕਦਾ। ਉਹ ਸਾਡੇ ਕੋਲ ਆਵੇ, ਉਹਦੀ SPP ਕਾਲਜ ਦੇ ਵਿੱਚ ਅਸੀਂ ਐਡਮਿਸ਼ਨ ਕਰਵਾ ਕੇ ਦੇਵਾਂਗੇ। ਬਟ ਜੇ ਉਹਨੂੰ ਆਇਲਟਸ ਦੀ ਡੇਟ ਮਿਲਦੀ ਹੈ ਤਾਂ ਉਹ ਆਇਲਟਸ ਦਾ ਪੇਪਰ ਜ਼ਰੂਰ ਇੱਕ ਵਾਰ ਦੇ ਲੇ, ਕਿਉਂਕਿ PR 'ਤੇ ਡਿਪੈਂਡ ਹੁੰਦਾ। ਜਦੋਂ ਬੱਚੇ ਨੇ ਉੱਥੇ PR ਲੈਣੀ ਹੈ ਉਦੋਂ ਨੂੰ ਆਇਲਟਸ ਕਰਨਾ ਹੀ ਪੈਂਦਾ। ਸਟੱਡੀ ਲਈ ਆਇਲਟਸ ਇੰਨਾ ਕੰਪਲਸਰੀ ਨਹੀਂ ਹੈ ਜਿੰਨਾ ਉੱਥੇ ਬੱਚੇ ਨੂੰ PR ਲੈਣ ਲਈ। ਕੱਲ੍ਹ ਨੂੰ ਆਇਲਟਸ ਕੰਪਲਸਰੀ ਆ, ਥੋੜ੍ਹਾ ਉਹ ਉਹਦੇ ਨਾਲ ਵਾਚ ਵੀ ਕਰ ਲੈਂਦਾ ਕਿ ਕਿਵੇਂ ਆਇਲਟਸ ਦਾ ਪੇਪਰ ਦੇ। ਜੀ ਜੀ ਜੀ। ਸੋ ਉਹ ਬੱਚੇ ਜਿਹੜੇ 70-80% ਮਾਰਕਸ ਨੇ, ਜਿਹਨਾਂ ਨੂੰ ਅਜੇ ਦੱਸਿਆ ਜਾ ਰਿਹਾ ਕਿ ਤੁਸੀਂ ਵਿਦਆਊਟ ਆਇਲਸ ਅਪਲਾਈ ਕਰ ਦਿਓ, ਵੀਜ਼ਾ ਆ ਜਾਣਗੇ। ਇੱਕ ਵਾਰ ਕੋਸ਼ਿਸ਼ ਕਰੋ, ਅਗਰ ਵਿਦ ਆਇਲਸ ਤੁਸੀਂ ਅਪਲਾਈ ਕਰਦੇ ਹੋ, ਕਿਤੇ ਨਾ ਕਿਤੇ ਉਹਦਾ ਫਾਇਦਾ ਹੁਣ ਵੀ ਮਿਲੇਗਾ, ਬਾਅਦ ਵਿੱਚ ਵੀ ਉਹਨਾਂ ਚੀਜ਼ਾਂ ਦਾ ਫਾਇਦਾ ਮਿਲੇਗਾ। ਇੱਕ ਹੋਰ ਚੀਜ਼ ਹੈ, ਜਦੋਂ ਓਵਰਆਲ ਪਰਸੈਂਟੇਜ ਦੇਖੀ ਜਾਂਦੀ ਹੈ, ਮੇਨ ਜਿਹੜੇ ਬੱਚੇ ਦੇ ਸਬਜੈਕਟ ਨੇ ਉਹਨਾਂ ਵਿੱਚੋਂ ਪਰਸੈਂਟੇਜ ਘੱਟ ਹੁੰਦੀ, 2 ਕੁ ਆਪਸ਼ਨਲ ਹੁੰਦੇ ਨੇ ਉਹਨਾਂ ਵਿੱਚੋਂ ਜ਼ਿਆਦਾ ਹੁੰਦੀ, ਉਹ ਸਾਰੀਆਂ ਚੀਜ਼ਾਂ ਫਿਰ ਕਾਊਂਟ ਕਰਦੀਆਂ ਨੇ ਇੱਥੇ ਜਦੋਂ ਆਪਾਂ ਅਪਲਾਈ ਕਰਦੇ ਹਾਂ। ਬਿਲਕੁਲ ਕੁਲਦੀਪ ਜੀ, ਉਹਦੇ ਓਵਰਆਲ ਪ੍ਰੋਫਾਈਲ ਦੇਖਿਆ ਜਾਂਦਾ ਹੈ ਕਿ ਨਹੀਂ, ਬੱਚੇ ਦੇ ਅਕੈਡਮਿਕ ਡਾਕੂਮੈਂਟ ਦੇ ਵਿੱਚ ਹੀ ਪਰਸੈਂਟੇਜ ਦੇਖੀ ਜਾਂਦੀ ਆ। ਬੱਚੇ ਨੇ ਇਕੱਲਾ ਅਕੈਡਮਿਕ ਹੀ ਆ, ਉਹਦੇ 'ਤੇ ਫੋਕਸ ਕੀਤਾ ਜਾਂਦਾ ਹੈ, ਇੰਨੇ ਪਰਸੈਂਟੇਜ ਨੇ, ਇਹ ਆ ਉਹ ਆ। ਜੇ ਬੱਚੇ ਨੇ ਅਦਰ ਐਕਟੀਵਿਟੀਜ਼ 'ਚ ਵੀ ਪਾਰਟੀਸਪੇਟ ਕੀਤਾ ਹੈ, ਉਹ ਵੀ ਕਾਲਜ ਯੂਨੀਵਰਸਿਟੀ ਦੇਖਦੀ ਆ ਕਿ ਬੱਚੇ ਨੇ ਅਦਰ ਜਗ੍ਹਾ 'ਤੇ ਵੀ ਪਾਰਟੀਸਪੇਟ ਕੀਤਾ ਹੈ। ਓਵਰਆਲ ਬੱਚੇ ਦਾ ਪ੍ਰੋਫਾਈਲ ਚੱਕਿਆ ਜਾਂਦਾ, ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਬੱਚੇ ਦਾ ਓਵਰਆਲ ਪ੍ਰੋਫਾਈਲ ਚੱਕਿਆ ਜਾਂਦਾ। ਇਕੱਲੀ ਫਾਈਲ ਉਹਦੇ 'ਤੇ ਨਹੀਂ ਡਿਪੈਂਡ ਕਰਦੀ ਕਿ ਉਹਦੇ ਅਕੈਡਮਿਕ 'ਚੋਂ ਇੰਨੇ ਸਕੋਰ ਨੇ, ਸੋਰੀ ਅਕੈਡਮਿਕ 'ਚੋਂ ਇੰਨੇ ਪਰਸੈਂਟੇਜ ਨੇ, ਆਈਲੈਟਸ 'ਚੋਂ ਇੰਨੇ ਸਕੋਰ ਨੇ, ਅਤੇ 100% ਬੱਚੇ ਨੂੰ ਵੀਜ਼ਾ ਮਿਲ ਜਾਏਗਾ। ਕਈ ਇਵੇਂ ਦੇ ਬੱਚੇ ਨੇ 7-8 ਆਈਲੈਟਸ ਸਕੋਰ ਵਾਲੇ ਬੱਚਿਆਂ ਦੇ ਵੀਜ਼ਾਸ ਵੀ ਰਿਫਿਊਜ਼ ਹੋਏ ਨੇ ਸਾਡੇ ਕੋਲੋਂ। ਕਈ ਵਾਰ ਸਾਡੇ ਕੋਲੋਂ ਵੀ ਰਿਫਿਊਜ਼ਲ ਆ ਜਾਂਦੀਆਂ ਨਾ, ਸਾਨੂੰ ਅੰਬੈਸੀ ਦੀ ਸਮਝ ਨਹੀਂ ਆ ਰਹੀ ਹੁੰਦੀ ਕਿ ਉਸ ਨੇ ਬੱਚੇ ਨੂੰ ਕਿੱਥੇ ਰਿਫਿਊਜ਼ਲ ਦਿੱਤੀ ਆ। ਅੰਬੈਸੀ ਹਮੇਸ਼ਾ ਬੱਚੇ ਦਾ ਓਵਰਆਲ ਪ੍ਰੋਫਾਈਲ ਦੇਖਦੀ ਆ, ਅੰਬੈਸੀ ਕਦੀ ਇਹ ਨਹੀਂ ਦੇਖਦੀ, ਹਾਈ ਕਮਿਸ਼ਨ ਕਦੀ ਇਹ ਨਹੀਂ ਦੇਖਦਾ ਕਿ ਬੱਚੇ ਦੇ 70% ਨੰਬਰ ਨੇ, 80% ਨੰਬਰ ਨੇ ਜਾਂ 90% ਨੇ, ਅਤੇ ਬੱਚੇ ਨੂੰ ਵੀਜ਼ਾ ਸਟੈਂਪ ਕਰਕੇ 100% ਵੀਜ਼ਾ ਆਏਗਾ ਹੀ ਆਏਗਾ। ਬੱਚੇ ਦਾ ਫਾਈਨੈਂਸ਼ੀਅਲ, ਜੋ ਬੱਚੇ ਦੇ ਪੇਰੈਂਟਸ ਦੇ ਡਾਕੂਮੈਂਟ ਲੱਗਦੇ ਨੇ ਫਾਈਨੈਂਸ਼ੀਅਲ, ਕਿ ਬੱਚਾ ਉੱਥੇ ਜਾ ਕੇ ਕੈਨੇਡਾ 'ਚ ਜਾ ਕੇ ਆਪਣੀ ਸਟੱਡੀ ਦਾ ਖਰਚਾ ਉੱਥੇ ਇਹ ਕਰ ਪਾਉਣਗੇ ਕਿ ਨਹੀਂ ਕਰ ਪਾਉਣਗੇ, ਇਹਦੇ ਪੇਰੈਂਟਸ ਕਦੇ ਸਾਡੇ ਕੰਟਰੀ 'ਤੇ ਬੱਚਾ ਬੋਝ ਤਾਂ ਨਹੀਂ ਹੈ, ਕੱਲ੍ਹ ਨੂੰ ਬੱਚਾ ਕਾਲਜ ਜਾਏਗਾ ਕਿ ਨਹੀਂ ਜਾਏਗਾ। ਓਵਰਆਲ ਪ੍ਰੋਫਾਈਲ ਦੇਖੀ ਜਾਂਦੀ ਹੈ, ਇਹ ਨਹੀਂ ਕਿ ਇੱਕ ਚੀਜ਼ ਦੇਖੀ ਜਾਂਦੀ ਹੈ ਬੱਚੇ ਦੇ 80% ਨੰਬਰ ਆ ਜਾਂ
ਬੱਚੇ ਦਾ ਓਵਰਆਲ SOP ਜਿਹੜੀ ਅਸੀਂ ਤਿਆਰ ਕਰਦੇ ਹਾਂ ਉਹਦੇ ਵਿੱਚ ਪੂਰੀ ਪ੍ਰੋਫਾਈਲ ਦਾ ਉਹਦਾ ਨਿਚੋੜ ਲਿਖਿਆ ਹੁੰਦਾ ਕਿ ਵੀਜ਼ਾ ਆਫੀਸਰ ਕਿਤੇ ਕੰਫਿਊਜ਼ ਨਾ ਹੋਏ। ਵੀਜ਼ਾ ਆਫੀਸਰ ਇਹ ਨਾ ਦੇਖੇ ਕਿ ਬੱਚੇ ਦੀ ਪ੍ਰੋਫਾਈਲ ਹੀ ਨਹੀਂ ਸਮਝ ਆ ਰਹੀ। ਸਾਡੇ ਵੱਲੋਂ ਸਟੀਮ ਲਾਈਨ ਕਰਕੇ ਕੰਮ ਕੀਤਾ ਜਾਂਦਾ ਅਤੇ ਸਾਡੀ ਕੰਪਨੀ ਅੱਛਾ ਸਕਸੈਸ ਰੇਟ ਹੈ ਇਸ ਟਾਈਮ ਮਾਰਕੀਟ 'ਚ ਸਾਡਾ। ਅਸੀਂ ਅੱਛੇ ਵੀਜ਼ਾਸ ਲੈ ਕੇ ਆਏ ਹਾਂ ਔਰ ਵਿਦਆਊਟ ਆਈਲੈਟਸ ਵੀ ਸਾਡੇ ਬੱਚਿਆਂ ਦੇ ਵੀਜ਼ਾਸ ਆਏ ਨੇ। ਮੈਂ ਕਹਿੰਦੀ ਬੱਚਿਆਂ ਲਈ ਇਸ ਟਾਈਮ ਬਹੁਤ ਅੱਛਾ ਸੁਨਹਿਰੀ ਮੌਕਾ ਹੈ। ਅੰਬੈਸੀ ਆਪਣਾ ਹਾਈ ਕਮਿਸ਼ਨ ਆਪਣਾ ਰਿਵਿਊ ਇਕੱਠਾ ਕਰ ਰਿਹਾ ਹੈ ਕਿ ਉਹ ਹਰ ਬੱਚੇ ਨੂੰ ਮੌਕਾ ਦੇਣਾ ਚਾਹੁੰਦਾ ਹੈ, ਹਰ ਬੱਚੇ ਨੂੰ ਉੱਥੇ ਸਟੱਡੀ ਕਰਨ ਲਈ ਜਾਣ ਲਈ ਮੌਕਾ ਦੇ ਰਿਹਾ ਹੈ। 50% ਔਰ 5.5% ਹੀ ਆਈਲੈਟਸ ਸਕੋਰ ਉਹਨਾਂ ਦਾ ਹੈ ਔਰ 50% ਉਹਨਾਂ ਦੇ ਅਕੈਡਮਿਕ ਡਾਕੂਮੈਂਟਸ ਨੇ ਜਿੱਦਾਂ 'ਚੋਂ ਪਰਸੈਂਟੇਜ ਆਈ ਹੈ ਉਹ ਵੀ ਬੱਚੇ ਅਪਲਾਈ ਕਰ ਸਕਦੇ ਨੇ। ਤੁਸੀਂ ਸਾਡੇ ਕੋਲ ਇੱਕ ਵਾਰ ਵਿਜ਼ਿਟ ਕਰੋ, ਸਾਡੀ ਕੰਪਨੀ 'ਚ ਜਦੋਂ ਆਓਗੇ ਅਸੀਂ ਤੁਹਾਨੂੰ ਬੈਟਰ ਗਾਈਡ ਕਰ ਸਕਾਂਗੇ। ਮੈਂ ਇੱਥੇ ਟਰਾਈ ਕਰਦੀ ਹਾਂ ਬੱਚੇ ਨੂੰ ਮੋਰ ਟੂ ਮੋਰ ਇਨਫੋਰਮੇਸ਼ਨ ਦਿੱਤੀ ਜਾਵੇ ਔਰ ਜਿੰਨੀ ਵੀ ਮੇਰੇ ਵੱਲੋਂ ਦਿੱਤੀ ਜਾਂਦੀ ਹੈ ਮੈਂ ਬੱਚੇ ਨੂੰ ਇਨਫੋਰਮੇਸ਼ਨ ਦਿੰਦੀ ਹਾਂ। ਔਰ ਬਹੁਤ ਵੱਡਾ ਹਊਆ ਬਣ ਗਿਆ ਮਾਰਕੀਟ ਦੇ ਵਿੱਚ ਕਿ ਆਈਲੈਟਸ ਦੇ ਬਿਨਾਂ ਬੱਚੇ ਦੀ ਫਾਈਲ ਨਹੀਂ ਲੱਗ ਸਕਦੀ। ਜੇ ਬੱਚੇ ਦੇ 70% ਨੇ ਤਾਂ ਜੀ ਉਹਦਾ 100% ਵੀਜ਼ਾ ਆ ਜਾਏਗਾ, ਜੇ 80% ਨੇ ਕਿਤੇ ਵੀ 100% ਦੀ ਗਰੰਟੀ ਸਾਡੀ ਕੰਪਨੀ ਵੱਲੋਂ ਨਹੀਂ ਲਈ ਜਾਂਦੀ ਔਰ ਨਾ ਹੀ ਵੀਜ਼ਾ ਅਫਸਰ ਤੁਹਾਡੇ 70% 80% ਓਵਰਆਲ ਤੁਹਾਡਾ ਪ੍ਰੋਫਾਈਲ ਦੇਖਣਾ ਹੈ, ਤੁਹਾਡੇ ਪੇਰੈਂਟਸ ਦੇ ਜਿਹੜੇ ਫਾਈਨੈਂਸ਼ੀਅਲ ਤੁਸੀਂ ਡਾਕੂਮੈਂਟਸ ਲਗਾਏ ਨੇ ਓਵਰਆਲ ਪ੍ਰੋਫਾਈਲ ਦੇਖਦਾ ਵੀਜ਼ਾ ਅਫਸਰ, ਫਿਰ ਵੀਜ਼ਾ ਸਟੈਂਪਟ ਕਰਦਾ। ਕਦੀ ਇਹ ਨਹੀਂ ਕਿ ਹਵਾ 'ਚ ਵੀਜ਼ਾ ਆ ਜਾਏਗਾ ਵਿਦਆਊਟ ਤੁਸੀਂ ਆਪਣੀ ਪ੍ਰੋਫਾਈਲ ਨੂੰ ਸਟੀਮਲਾਈਨ ਕੀਤੇ ਤਾਂ ਤੁਹਾਡਾ ਵੀਜ਼ਾ ਆ ਜਾਏਗਾ। ਉਹਨੇ ਕਾਲਜ ਵੀ ਦੇਖਣਾ, ਤੁਹਾਡੀ ਪ੍ਰੀਵੀਅਸ ਸਟੱਡੀ ਵੀ ਦੇਖਣੀ ਹੈ, ਤੁਸੀਂ ਕਿਤੇ ਪਾਰਟੀਸਪੇਟ ਕੀਤਾ, ਐਵਰੀ ਡਾਕੂਮੈਂਟ। ਇਹ ਨਹੀਂ ਤੁਸੀਂ ਮੇਰੀ ਕੰਪਨੀ 'ਚ ਅਪਲਾਈ ਕਰਨਾ ਅਤੇ ਤੁਸੀਂ ਐਵਰੀ, ਇਹ ਨਹੀਂ ਕਿ ਮੇਰੀ ਕੰਪਨੀ 'ਚ ਅਪਲਾਈ ਕਰਨਾ ਅਤੇ ਮੈਂ ਹੀ ਤੁਹਾਨੂੰ ਸਟੀਮਲਾਈਨ ਕਰਕੇ ਦੇ ਸਕਦੀ ਹਾਂ। ਮੈਂ ਤੁਹਾਨੂੰ ਵੀ ਗਾਈਡ ਕਰ ਰਹੀ ਹਾਂ ਕਿ ਅੰਬੈਸੀ ਨੂੰ ਇੱਕ ਇੱਕ ਆਪਣਾ ਡਾਕੂਮੈਂਟਸ ਦਿਆ ਕਰੋ, ਜਿਹੜੀ ਤੁਹਾਡੀ ਫਾਈਲ ਦੀ ਸੱਚਾਈ ਆ ਉਹ ਆਪਣੇ ਏਜੰਟ ਨੂੰ, ਜਿਹੜਾ ਵੀ ਤੁਹਾਡਾ ਕੰਸਲਟੈਂਟ ਹੈ ਉਹਨੂੰ ਦਿਓ। ਇਹ ਨਹੀਂ ਕਿ ਕਿਸੇ ਚੀਜ਼ ਨੂੰ ਤੁਸੀਂ ਲੀਵ ਨਹੀਂ ਕਰਨਾ, ਉਹਦੇ ਨੂੰ ਛੱਡਣਾ ਨਹੀਂ ਹੈ, ਜਿਹੜੀ ਕਿ ਵੀਜ਼ਾ ਆਫੀਸਰ ਨੂੰ ਕਿਤੇ ਕਨਫਿਊਜ਼ਨ ਆਵੇ ਅਤੇ ਤੁਹਾਡਾ ਵੀਜ਼ਾ ਰਿਫਿਊਜ਼ ਹੋ ਜਾਏ ਜੀ। ਸੋ ਕਾਫੀ ਬੱਚੇ ਜਿਨ੍ਹਾਂ ਦੇ 5 ਜਾਂ 5.5 ਬੈਂਡ ਆਏ, ਕੈਨੇਡਾ ਜਾਣ ਦਾ ਸੁਪਨਾ, ਜਿਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਪੂਰਾ ਨਹੀਂ ਹੋ ਸਕੇਗਾ, ਫਿਰ ਇੱਕ ਮੁਹਿੰਮ ਚੱਲੀ, 5.5 ਬੈਂਡ 'ਤੇ ਵੀਜ਼ਾ ਜਾਂਦੇ ਨੇ। ਪਰ ਐਡਵਰਟਾਈਜ਼ਮੈਂਟ 2 ਤਰ੍ਹਾਂ ਦੀ ਹੋ ਰਹੀ, ਇੱਕ ਤਾਂ ਬਿਲਕੁਲ ਡਿਨਾਈ ਕਰ ਰਹੇ ਨੇ ਕਿ ਵੀਜ਼ਾਜ਼ ਨਹੀਂ ਆਉਣਗੇ, ਇੱਕ ਇਸ ਤਰ੍ਹਾਂ ਦੇ ਵੀ ਕੰਸਲਟੈਂਟ ਬੈਠੇ ਨੇ ਜਿਹੜੇ ਹਰ ਇੱਕ ਪ੍ਰੋਫਾਈਲ ਨੂੰ ਯੈਸ ਕਹਿ ਰਹੇ ਨੇ ਜਾਂ ਅਪਲਾਈ ਕੀਤਾ ਜਾ ਰਿਹਾ, ਪਰਸੈਂਟੇਜ ਵੀ ਨਹੀਂ ਦੇਖੀ ਜਾ ਰਹੀ, ਮੇਨ ਸਬਜੈਕਟਸ ਦੇ ਵਿੱਚ ਵੀ ਨਹੀਂ ਦੇਖਿਆ ਜਾ ਰਿਹਾ, ਸਿਰਫ 5.5 ਬੈਂਡ ਨੇ ਜਾਂ 5 ਬੈਂਡ ਨੇ, ਤੁਸੀਂ ਅਪਲਾਈ ਕਰ ਦਿਓ ਵੀਜ਼ਾ ਆਏਗਾ ਜਾਂ ਨਹੀਂ ਆਏਗਾ ਉਹ ਬਾਅਦ ਦੀ ਗੱਲ ਹੈ। ਤੁਸੀਂ ਕੀ ਦੇਖਦੇ ਹੋ, ਕਿਵੇਂ ਇੱਕ ਬੱਚੇ ਨੂੰ ਸ਼ੋਰਟੀ ਦੇ ਸਕਦਾ? ਬੱਚਾ ਸ਼ੋਰਟੀ ਮੰਗਦਾ ਜਾਂ ਗਰੰਟੀ ਮੰਗਦਾ? ਕਾਫੀ ਕੰਸਲਟੈਂਟ ਗਰੰਟੀ ਦੇ ਕੇ ਬਾਅਦ ਵਿੱਚ ਚਲੋ ਵੀਜ਼ਾ ਆਉਂਦਾ ਜਾਂ ਨਹੀਂ ਆਉਂਦਾ ਉਹ ਬਾਅਦ ਦੀ ਗੱਲ ਹੈ। ਤੁਸੀਂ ਕਿਵੇਂ ਦੇਖਦੇ ਹੋ, ਆਪਾਂ ਕਿਸ ਬੱਚੇ ਨੂੰ ਸ਼ੋਰਟੀ ਦੇ ਸਕਦੇ ਹਾਂ ਜਦੋਂ 5 ਜਾਂ 5.5 ਬੈਂਡ ਨਾਲ ਅਪਲਾਈ ਕਰ ਰਿਹਾ? ਕੁਲਦੀਪ ਜੀ, ਮੈਂ ਓਵਰਆਲ ਏਜੰਟਸ ਦੀ ਗੱਲ ਨਹੀਂ ਕਰ ਸਕਦੀ ਕਿ ਕੌਣ ਕਿਵੇਂ ਆਪਣੇ ਉਸ ਬਿਜ਼ਨਸ ਨੂੰ ਚਲਾ ਰਿਹਾ ਹੈ ਜਾਂ ਉਹ ਕਲਾਇੰਟ ਸਟੂਡੈਂਟਸ ਦੇ ਲਈ ਕਿੰਨਾ ਕੁ ਅਵੇਅਰਨੈਸ ਦੇ ਰਿਹਾ ਸਟੂਡੈਂਟਸ ਨੂੰ ਔਰ ਸਟੂਡੈਂਟਸ ਦੇ ਕੈਰੀਅਰ ਨੂੰ ਲੈ ਕੇ ਕਿੰਨਾ ਕੁ ਅਵੇਅਰ ਆ। ਪਰ ਮੈਂ ਆਪਣੀ ਕੰਪਨੀ ਦੀ ਗੱਲ ਕਰਾਂ ਤਾਂ ਸਾਡੇ ਵੱਲੋਂ ਬੱਚੇ ਦਾ ਓਵਰਆਲ ਪ੍ਰੋਫਾਈਲ ਦੇਖਿਆ ਜਾਂਦਾ ਹੈ, ਜਿੱਥੇ ਸਾਨੂੰ ਚਾਂਸ ਹੁੰਦਾ ਹੈ ਕਿ ਬੱਚੇ ਦੀ ਉੱਥੇ ਅੱਛੇ ਕਾਲਜ 'ਚ ਐਡਮਿਸ਼ਨ ਹੋ ਜਾਏਗੀ, ਅੱਛੇ ਕਾਲਜ 'ਚ ਐਡਮਿਸ਼ਨ ਹੋ ਕੇ ਬੱਚੇ ਦਾ ਵੀਜ਼ਾ ਆ ਸਕੇਗਾ। ਪਰ ਸਾਡੀ ਕੰਪਨੀ ਵੱਲੋਂ ਇੱਕ ਗੱਲ ਮੈਂ ਇੱਥੇ ਬੈਠ ਕੇ ਵੀ ਕਹਿ ਰਹੀ ਹਾਂ, ਸ਼ੋਅ 'ਤੇ ਬੈਠ ਕੇ ਵੀ ਕਹਿ ਰਹੀ ਹਾਂ, ਹੋਰ ਅਦਰ ਜਗ੍ਹਾ ਜਿੱਥੇ ਵੀ ਮੈਨੂੰ ਸਟੂਡੈਂਟ ਮਿਲਦਾ ਹੈ, ਮੇਰੀ ਕੰਪਨੀ 'ਚ ਮਿਲਦਾ ਹੈ, ਮੈਂ ਉਹਨੂੰ ਗਾਈਡ ਕਰਦੀ ਹਾਂ, ਉਹਨੂੰ ਮੈਂ ਸਭ ਤੋਂ ਪਹਿਲਾਂ ਇਹ ਗਾਈਡ ਕਰਦੀ ਹਾਂ ਕਿ ਵੀਜ਼ਾ ਆਫੀਸਰ ਦੇ ਮਾਇੰਡ ਨੂੰ ਅਸੀਂ ਰੀਡ ਨਹੀਂ ਕਰ ਸਕਦੇ। ਵੀਜ਼ਾ ਆਫੀਸਰ ਜਿਸ ਟਾਈਮ ਤੇਰੀ ਪ੍ਰੋਫਾਈਲ ਨੂੰ ਦੇਖ ਰਿਹਾ ਹੈ, ਡਾਕੂਮੈਂਟ ਦੇ ਆਧਾਰ 'ਤੇ ਤੈਨੂੰ ਕੈਨੇਡਾ ਅੰਬੈਸੀ ਨੇ ਵੀਜ਼ਾ ਦੇਣਾ ਹੈ, ਕਦੀ ਵੀ ਵੀਜ਼ਾ ਆਫੀਸਰ ਦੇ ਮਾਇੰਡ ਨੂੰ ਅਸੀਂ ਰੀਡ ਨਹੀਂ ਕਰ ਸਕਦੇ। ਉਹਦਾ ਪੁਆਇੰਟ ਆਫ ਵਿਊ ਹੈ, ਉਹ ਫਾਈਲ ਨੂੰ ਕਿਸ ਪੁਆਇੰਟ ਆਫ ਵਿਊ ਨਾਲ ਦੇਖ ਰਿਹਾ ਹੈ। ਪਰ ਸਾਡੇ ਵੱਲੋਂ ਜੋ ਚੀਜ਼ਾਂ ਸਟੀਮਲਾਈਨ ਕੀਤੀਆਂ ਜਾਂਦੀਆਂ, ਜੋ ਸਾਡੇ ਵੱਲੋਂ ਬਣਦਾ ਹੈ, ਪਰ ਅਸੀਂ ਹਰ ਕਿਸੇ ਨੂੰ ਨਹੀਂ ਕਹਿ ਦਿੰਦੇ ਕਿ ਤੇਰਾ ਵੀਜ਼ਾ ਲੱਗ ਜਾਏਗਾ ਜੀ, 100% ਗਰੰਟੀ ਵੀ ਨਹੀਂ ਕਹਿੰਦੇ ਹਰ ਕਿਸੇ ਨੂੰ, ਸਾਡੀ ਕੰਪਨੀ ਵੱਲੋਂ ਨਹੀਂ ਕਿਹਾ ਜਾਂਦਾ ਤੁਹਾਡਾ ਵੀਜ਼ਾ ਲੱਗ ਜਾਏਗਾ, ਇਹ ਨਹੀਂ ਹਰ ਕਿਸੇ ਨੂੰ ਕਿਹਾ ਜਾਂਦਾ ਹੈ ਕਿ ਤੁਹਾਡਾ ਵੀਜ਼ਾ ਹੀ ਨਹੀਂ ਲੱਗੇਗਾ। ਜੇ ਬੱਚੇ ਦੇ ਡਾਕੂਮੈਂਟਸ 'ਚ ਕੋਈ ਕਮੀ ਹੋਵੇ ਉਹਨੂੰ ਦੱਸੀ ਜਾਂਦੀ ਹੈ ਕਿ ਇਹ ਕਮੀ ਨੂੰ ਤੁਸੀਂ ਕੰਪਲੀਟ ਕਰਕੇ ਸਾਡੇ ਕੋਲ ਆ ਜਾਓ, ਉਹ ਕਮੀ ਕੰਪਲੀਟ ਹੋ ਜਾਏਗੀ, ਦੈਨ ਆਪਾਂ ਅਪਲਾਈ ਕਰ ਸਕਦੇ ਹਾਂ। ਉਸ ਤੋਂ ਬਾਅਦ ਸਾਡਾ ਕੰਮ ਹੈ ਤੁਹਾਡੀ ਫਾਈਲ ਨੂੰ ਸਟੀਮਲਾਈਨ ਕਰਨਾ ਔਰ ਤੁਹਾਨੂੰ ਤਰੀਕਾ ਦੱਸਣਾ ਕਿ ਇਸ ਤਰੀਕੇ ਨਾਲ ਆਪਾਂ ਵੀਜ਼ਾ ਲੈ ਸਕਦੇ ਹਾਂ, ਇਸ ਤਰੀਕੇ ਨਾਲ ਅਸੀਂ ਵੀਜ਼ਾ ਆਫੀਸਰ ਨੂੰ ਸੈਟਿਸਫਾਈ ਕਰਾ ਸਕਦੇ ਹਾਂ। ਸਾਨੂੰ ਕੁਲਦੀਪ ਜੀ ਦੋਨਾਂ ਚੀਜ਼ਾਂ 'ਚ ਪੈਰਲਰ ਚੱਲਣਾ ਪੈਂਦਾ ਹੈ, ਵੀਜ਼ਾ ਆਫੀਸਰ ਦਾ ਮਾਇੰਡ ਵੀ ਦੇਖਣਾ ਪੈਂਦਾ ਹੈ, ਇੱਧਰੋਂ ਬੱਚੇ ਦਾ ਵੀ ਸਾਨੂੰ ਪ੍ਰੋਫਾਈਲ ਦੇਖਣਾ ਪੈਂਦਾ ਔਰ ਬੱਚੇ ਦਾ ਇਹ ਵੀ ਦੇਖਣਾ ਪੈਂਦਾ ਕਿ ਬੱਚੇ ਦਾ ਵਿਚਾਰੇ ਦਾ ਬਹੁਤ ਜ਼ਿਆਦਾ ਲੋਸ ਨਾ ਹੋ ਜਾਏ, ਕੱਲ੍ਹ ਨੂੰ ਇਨ ਕੇਸ ਰਿਜੈਕਸ਼ਨ ਵੀ ਆਉਂਦੀ ਆ ਅਤੇ ਬੱਚੇ ਦਾ ਜੇ ਲੋਸ ਹੁੰਦਾ ਤਾਂ ਬੱਚਾ ਕਿੰਨਾ ਕੁ ਭਾਰ ਸਹਿ ਸਕਦਾ, ਕਿੰਨਾ ਕੁ ਉਹ ਆਪਣੇ ਆਪ ਨੂੰ ਕੈਪੇਬਲ ਹੈ ਕਿ ਕਿੰਨਾ ਕੁ ਉਹ ਖਰਚ ਸਕਦਾ। ਸਾਡੇ ਵੱਲੋਂ ਇਹ ਵੀ ਚੀਜ਼ਾਂ ਉਹਨਾਂ ਦੀਆਂ ਫਾਈਨੈਂਸ਼ੀਅਲ ਜਿਹੜੀ ਆ ਉਹਨਾਂ ਦਾ ਉਹ ਵੀ ਧਿਆਨ 'ਚ ਰੱਖਿਆ ਜਾਂਦਾ ਹੈ ਕਿ ਬੱਚੇ ਦਾ ਕਿਤੇ ਜ਼ਿਆਦਾ ਲੋਸ ਨਾ ਹੋ ਜਾਏ। ਔਰ ਦੂਸਰੀ ਗੱਲ ਆ, ਸਾਡੀ ਕੰਪਨੀ ਵੱਲੋਂ ਕਦੀ ਵੀ ਕਿਸੇ ਨਾਲ ਕਮਿਟਮੈਂਟ ਨਹੀਂ
ਨਹੀਂ ਕੀਤੀ ਜਾਂਦੀ ਕਿ 100% ਤੇਰਾ ਵੀਜ਼ਾ ਆ ਜਾਏਗਾ। ਸਾਡੀ ਹਰ ਕਲਾਇੰਟ ਨੂੰ ਇਹ ਕਿਹਾ ਜਾਂਦਾ ਅਸੀਂ ਚਾਂਸ ਲੈ ਕੇ ਦੇਖ ਸਕਦੇ ਹਾਂ, ਤੇਰਾ ਪ੍ਰੋਫਾਈਲ ਹੈ, ਅੰਬੈਸੀ ਨੇ ਤੈਨੂੰ ਵੀਜ਼ਾ ਦੇਣਾ ਹੈ। ਕੰਪਨੀ ਨੂੰ ਵੀਜ਼ਾ ਅੰਬੈਸੀ ਕਦੀ ਨਹੀਂ ਦਿੰਦੀ, ਸਾਡੀ ਕੰਪਨੀ ਨੂੰ ਵੀਜ਼ਾ ਨਹੀਂ ਦਿੰਦੀ, ਉਹ ਹਮੇਸ਼ਾ ਕਲਾਇੰਟ ਔਰ ਸਟੂਡੈਂਟਸ ਦੇ ਜੋ ਵੀ ਉਹਦਾ ਡਾਕੂਮੈਂਟਸ ਲੱਗਿਆ ਹੁੰਦਾ ਹੈ, ਜੋ ਵੀ ਉਹਦੀ SOP ਅਸੀਂ ਤਿਆਰ ਕਰਦੇ ਹਾਂ ਉਹਨੂੰ ਵੀਜ਼ਾ ਅਫਸਰ ਪੜ੍ਹਦਾ ਹੈ। ਔਰ ਕਈ ਵਾਰ ਸਾਡੀਆਂ ਵੀ ਰਿਜੈਕਸ਼ਨਸ ਆਉਂਦੀਆਂ ਨੇ, ਅਸੀਂ ਉਹਨਾਂ ਚੀਜ਼ਾਂ ਨੂੰ ਸੋਧ ਕੇ ਸੁਧਾਰ ਕੇ 3-3 ਵਾਰ ਰਿਜੈਕਸ਼ਨਾਂ, 4th-4th ਵਾਰ ਸਾਡੀ ਕੰਪਨੀ ਵੱਲੋਂ ਵੀਜ਼ਾਸ ਲਏ ਹਾਂ ਅਸੀਂ, ਔਰ ਸਾਡੇ ਵੱਲੋਂ ਬੜਾ ਸੁਧਾਰ ਕੇ ਦੇਖ ਉਹ ਚੀਜ਼ਾਂ ਲਗਾਈਆਂ ਜਾਂਦੀਆਂ ਅੰਬੈਸੀ 'ਚ, ਉਹ ਸਟੀਮ ਲਾਈਨ ਕਰਕੇ ਲਗਾਈਆਂ ਜਾਂਦੀਆਂ। ਔਰ ਇਸ ਟਾਈਮ ਦੀ ਜੋ ਮਾਰਕੀਟ ਹੈ, ਇਸ ਟਾਈਮ ਅੰਬੈਸੀ ਰਿਵਿਊ ਇਕੱਠਾ ਕਰ ਰਹੀ ਹੈ, ਅੱਛਾ ਹੈ, ਲੀਨੀਅਟ ਹੋਈ ਹੈ ਅੰਬੈਸੀ 5.5 'ਤੇ, 5 'ਤੇ ਅੱਛਾ ਵੀਜ਼ਾਸ ਜਿਹੜੇ ਆ ਰਹੇ ਨੇ, ਔਰ ਈਵਨ ਕਿ ਵਿਦਆਊਟ ਆਈਲੈਟਸ ਵੀ ਅੰਬੈਸੀ ਨੇ ਸਾਨੂੰ ਵੀਜ਼ਾਸ ਦਿੱਤੇ ਨੇ। ਉਸ ਬਿਹਾਵ 'ਤੇ ਜੇ ਮੈਂ ਸਟੂਡੈਂਟਸ ਨੂੰ ਕਹਾਂ ਕਿ ਤੁਸੀਂ ਵਿਦਆਊਟ ਆਈਲੈਟਸ ਅਪਲਾਈ ਕਰ ਸਕਦੇ ਹੋ, ਪਰ ਸਾਡੀ ਕੰਪਨੀ ਵੱਲੋਂ ਕਦੀ ਗਰੰਟੀ ਨਹੀਂ ਲਈ ਜਾਂਦੀ। ਜੇ ਤੁਹਾਨੂੰ ਕਾਲਜ ਐਡਮਿਸ਼ਨ ਵਿਦਆਊਟ ਆਈਲੈਟਸ ਦੇ ਸਕਦਾ ਹੈ, ਇਟ ਮੀਨਸ ਤੁਸੀਂ ਜੈਨੂਅਨ ਹੋ। ਜੇ ਤੁਹਾਨੂੰ ਵਿਦਆਊਟ ਆਈਲੈਟਸ ਅੰਬੈਸੀ ਤੁਹਾਡੀ ਫਾਈਲ ਲੈ ਰਹੀ ਹੈ, ਇਟ ਮੀਨਸ ਤੁਸੀਂ ਜੈਨੂਅਨ ਹੋ। ਇਹ ਸਾਰੀਆਂ ਚੀਜ਼ਾਂ ਤੁਸੀਂ ਖੁਦ ਵਾਚ ਕਰਨੀਆਂ ਹੈ, ਤੁਸੀਂ ਅੰਬੈਸੀ ਦੀ ਵੈਬਸਾਈਟ ਜਾ ਕੇ ਰੀਡ ਕਰਿਆ ਕਰੋ ਚੀਜ਼ਾਂ ਨੂੰ, ਸਾਰੀਆਂ ਚੀਜ਼ਾਂ ਨੂੰ ਦੇਖਿਆ ਕਰੋ ਧਿਆਨ ਨਾਲ ਕਿ ਅਸੀਂ ਇਸ ਕੈਟਾਗਰੀ 'ਚ ਅਪਲਾਈ ਕਰ ਸਕਦੇ ਹਾਂ। ਵਾਕਈ ਸਾਡੀ ਇਹਨਾਂ ਨੇ ਕਾਲਜ 'ਚ ਐਡਮਿਸ਼ਨ ਕਰਵਾ ਕੇ ਦਿੱਤੀ ਆ, ਉੱਥੇ ਕਾਲਜ ਨੇ ਵਾਕਈ ਸਾਨੂੰ LOA ਲੈਟਰ ਦਿੱਤੀ ਆ ਜਾਂ ਨਹੀਂ ਦਿੱਤੀ, ਤੁਸੀਂ ਖੁਦ ਕਾਲਜ ਨੂੰ ਮੇਲ ਪਾ ਕੇ ਚੈੱਕ ਕਰ ਸਕਦੇ ਹੋ। ਜੇ ਉਸ ਕਾਲਜ ਨੇ ਤੁਹਾਨੂੰ ਉੱਥੋਂ LOA ਲੈਟਰ ਇਸ਼ੂ ਕਰ ਦਿੱਤੀ, ਅੰਬੈਸੀ ਨੇ ਤੁਹਾਡੀ ਫਾਈਲ ਲੈ ਲਈ, ਇਟ ਮੀਨਸ ਤੁਸੀਂ ਜੈਨੂਅਨ ਹੋ, ਜੈਨੂਅਨ ਤਰੀਕੇ ਨਾਲ ਫਾਈਲ ਲਗਾ ਰਹੇ ਹੋ, ਵੀਜ਼ਾ ਆਫੀਸਰ ਨਾਲ ਕੋਈ ਝੂਠ ਨਹੀਂ ਬੋਲ ਰਹੇ, ਆਪਣੀ ਫਾਈਲ ਨੂੰ ਸਟੀਮਲਾਈਨ ਕਰਕੇ ਤੁਸੀਂ ਲਗਾ ਸਕਦੇ ਹੋ। ਔਰ ਮਾਰਕੀਟ ਦਾ ਲੈਵਲ ਇਸ ਟਾਈਮ ਕੁਲਦੀਪ ਜੀ ਬਹੁਤ ਤਰੀਕੇ ਨਾਲ ਮਾਰਕੀਟ ਚੱਲ ਰਹੀ ਹੈ, 6 ਆਈਲੈਟ ਸਕੋਰ 'ਤੇ ਕੁਛ ਐਸੇ ਕੰਸਲਟੈਂਟ ਬੈਠੇ ਨੇ ਜੋ ਕਿ ਉਹ ਕਹਿੰਦੇ 6 ਤੋਂ ਨੀਚੇ ਵੀਜ਼ਾ ਹੋ ਹੀ ਨਹੀਂ ਸਕਦਾ, ਕੁਛ ਐਵੇਂ ਦੇ ਬੈਠੇ ਨੇ ਜਿਹੜੇ ਕਹਿੰਦੇ 5.5 'ਤੇ ਗਰੰਟੀ ਨਾਲ ਵੀਜ਼ਾ ਹੋਏਗਾ ਜੀ, ਸਾਡੀ ਗਰੰਟੀ ਹੈ ਜੀ, ਕਨਫਿਊਜ਼ ਹੈ। ਮੈਂ ਇਹ ਨਹੀਂ ਕਹਿੰਦੀ ਬੱਚੇ ਨੂੰ ਕਿ ਤੁਸੀਂ ਉਹਨਾਂ ਕੰਸਲਟੈਂਟ ਕੋਲ ਜਾਓ ਨਾ, ਜ਼ਰੂਰ ਜਾਓ, ਪਰ ਤੁਸੀਂ ਆਪਣੇ ਆਪ ਅਵੇਅਰਨੈਸ ਇਕੱਠੀ ਕਰ ਸਕਦੇ ਹੋ, ਤੁਸੀਂ ਅੰਬੈਸੀ ਦੀਆਂ ਵੈਬਸਾਈਟਸ 'ਤੇ ਚੈੱਕ ਕਰ ਸਕਦੇ ਹੋ, ਤੁਸੀਂ ਉੱਥੇ ਕਾਲਜਿਸ ਨੂੰ ਮੇਲ ਪਾ ਕੇ ਚੈੱਕ ਕਰ ਸਕਦੇ ਹੋ ਕਿ ਸਾਡੀ ਐਡਮਿਸ਼ਨ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ, ਕਿਵੇਂ ਦੀ ਪ੍ਰੋਫਾਈਲ ਦੀ ਐਡਮਿਸ਼ਨ ਹੋ ਸਕਦੀ ਹੈ। ਇਸ ਟਾਈਮ ਜਦੋਂ ਮਾਰਕੀਟ ਲੈਵਲ ਚੱਲ ਰਿਹਾ ਹੈ ਕਿ ਇਹ ਨਹੀਂ ਦੇਖਿਆ ਜਾ ਰਿਹਾ ਕਿ ਬੱਚੇ ਦੀ ਪਰਸੈਂਟੇਜ ਕੀ ਹੈ, ਬੱਚੇ ਦਾ ਆਈਲੈਟ ਸਕੋਰ ਕੀ ਹੈ, ਇੱਕ ਚੀਜ਼ ਨੂੰ ਵਾਚ ਨਹੀਂ ਕੀਤਾ ਜਾ ਰਿਹਾ, ਉਹਦੀ ਓਵਰਆਲ ਪ੍ਰੋਫਾਈਲ ਨੂੰ ਵਾਚ ਕਰਕੇ ਅੰਬੈਸੀ ਵੀਜ਼ਾਸ ਦੇ ਰਹੀ ਹੈ। ਕਾਫੀ ਬੱਚੇ ਇਸ ਤਰ੍ਹਾਂ ਦੇ ਵੀ ਇਸ ਵਾਰ ਆਏ ਸੀ, ਖਾਸ ਕਰਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ 'ਤੇ, ਜਿਨ੍ਹਾਂ ਦਾ 1 ਜਾਂ 2 ਪੇਪਰ ਵਿੱਚੋਂ ਰਹਿ ਗਏ, ਜਿਹੜੇ ਬੱਚੇ ਨਾਲ ਨਾਲ ਫੀਸ ਭਰ ਦਿੱਤੀ, ਉਹ ਆਇਲਸ ਵੀ ਕਰ ਰਹੇ ਨੇ, ਕਿ ਉਹ ਅਪਲਾਈ ਕਰ ਪਾਉਣਗੇ ਅਗਰ ਉਹਨਾਂ ਦੀ ਪਰਸੈਂਟੇਜ 65% ਜਾਂ 70% ਬਣ ਜਾਂਦੀ ਹੈ? ਬਿਲਕੁਲ, ਪਹਿਲਾਂ ਤਾਂ ਕੁਲਦੀਪ ਜੀ ਉਹਨਾਂ ਨੂੰ ਆਪਣੀ ਕੰਪਾਰਟਮੈਂਟ ਜਿਹੜੀ ਵੀ ਉਹਨਾਂ ਦੀ ਆਈ ਹੈ ਕੰਪਾਰਟਮੈਂਟ, ਉਹ ਕਲੀਅਰ ਕਰਨੀ ਪਏਗੀ। ਔਰ ਜਿਹੜੇ ਬੱਚੇ ਆਪਣੇ ਆਈਲੈਟ ਸਕੋਰ ਇਸ ਟਾਈਮ ਜੋ ਵੀ ਆਈਲੈਟ ਸਕੋਰ ਉਹਨਾਂ ਦਾ ਆ ਰਿਹਾ ਹੈ, ਇੱਕ ਵਾਰ ਉਸ ਪ੍ਰੋਫਾਈਲ ਦੇ ਉੱਤੇ ਆਪਣੇ ਆਪ ਨੂੰ ਜ਼ਰੂਰ ਦੇਖਣ ਕਿ ਅਸੀਂ ਇੱਥੇ ਕੁਆਲੀਫਾਈ ਕਰਦੇ ਹਾਂ ਕਿ ਨਹੀਂ ਕਰਦੇ, ਜਾਂ ਸਾਡੇ ਕੋਲ ਸਾਡੀ ਕੰਪਨੀ 'ਚ ਡਾਕੂਮੈਂਟਸ ਲੈ ਕੇ ਆਓ, ਤੁਸੀਂ 60-70% ਦੀ, ਮੈਂ ਕਹਿੰਦੀ ਹਾਂ 100% ਅੰਬੈਸੀ 'ਚ ਵੀ ਫਾਈਲ ਲੱਗ ਰਹੀ ਆ, ਔਰ ਤੁਹਾਨੂੰ ਉੱਥੇ ਐਡਮਿਸ਼ਨ ਵੀ ਮਿਲ ਰਹੀ ਆ, ਇਹ ਚੀਜ਼ਾਂ ਨਹੀਂ ਕਿ ਤੁਸੀਂ ਅਪਲਾਈ ਨਹੀਂ ਕਰ ਸਕਦੇ। ਬਾਕੀ ਦੇਖੋ ਜੀ, ਇੱਕ ਚੀਜ਼ 'ਤੇ ਕਦੀ ਵੀਜ਼ਾ ਨਹੀਂ ਦੇਣਾ ਕਿ ਤੁਹਾਡੇ ਪ੍ਰੋਫਾਈਲ 'ਤੇ, ਓਵਰਆਲ ਪ੍ਰੋਫਾਈਲ 'ਤੇ ਵੀਜ਼ਾ ਦੇਣਾ, ਅੰਬੈਸੀ ਨੇ 70% ਜਾਂ 80% ਜਾਂ 90% 'ਤੇ ਵੀਜ਼ਾ ਨਹੀਂ ਹੈ, ਨਹੀਂ ਰਿਜੈਕਸ਼ਨ ਹੀ ਨਾ ਹੋਣ ਕੁਲਦੀਪ ਜੀ। 6 and 7 ਆਈਲੈਟ ਸਕੋਰ ਵਾਲਿਆਂ ਦੀਆਂ ਬੱਚਿਆਂ ਦੀਆਂ ਵੀ ਰਿਜੈਕਸ਼ਨਸ ਆਉਂਦੀਆਂ, ਇਟ ਮੀਨਸ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਵੀਜ਼ਾ ਅਫਸਰ ਜੋ ਵੀ ਆ ਤੁਹਾਡੀ ਓਵਰਆਲ ਪ੍ਰੋਫਾਈਲ ਨੂੰ ਦੇਖਦਾ, ਇੱਕ ਚੀਜ਼ ਨੂੰ ਨਹੀਂ ਦੇਖਦਾ ਵੀਜ਼ਾ ਅਫੀਸਰ ਕਿ ਤੁਹਾਡੇ 70% ਨੰਬਰ ਹੈ ਅਤੇ ਤੁਹਾਨੂੰ ਵੀਜ਼ਾ ਸਟੈਂਪ ਕਰਕੇ ਵੀਜ਼ਾ ਅਫਸਰ ਦੇ ਦੇਗਾ। ਮੇਰੀ ਇਹ ਥਿੰਕਿੰਗ ਆ, ਮੇਰੇ ਵੱਲੋਂ ਇਹੀ ਚੀਜ਼ਾਂ ਅਸੀਂ ਮਾਰਕੀਟ 'ਚ ਵਾਚ ਕਰਦੇ ਹਾਂ, ਜਦੋਂ ਸਾਡੀਆਂ ਰਿਜੈਕਸ਼ਨਸ ਆਉਂਦੀਆਂ ਅਸੀਂ ਉਹਨਾਂ ਤੋਂ ਗਾਈਡੈਂਸ ਲੈਂਦੇ ਹਾਂ। ਪਰ ਮਾਰਕੀਟ ਦੇ ਵਿੱਚ ਜਿਹੜੀਆਂ ਧਾਰਨਾਵਾਂ ਬਣ ਚੁੱਕੀਆਂ ਨੇ, ਜਿਹੜੀਆਂ ਚੀਜ਼ਾਂ ਬਣ ਚੁੱਕੀਆਂ ਨੇ ਕਿ ਹਾਂਜੀ ਕਿ ਆਈਲੈਟ ਸਕੋਰ 7 ਲੈ ਆਓ ਤੁਹਾਡਾ 100% ਵੀਜ਼ਾ ਹੋ ਜਾਏਗਾ, ਮੈਂ ਇਹ ਸਟੂਡੈਂਟ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਜੇ 7 ਬੈਂਡ 'ਤੇ ਜਾਂ 8 ਆਈਲੈਟ ਸਕੋਰ ਦੇ ਉੱਤੇ ਵੀਜ਼ਾਸ ਲੱਗ ਰਹੇ ਹਨ, ਅਤੇ 7 ਔਰ 8 ਆਈਲੈਟ ਸਕੋਰ ਵਾਲਿਆਂ ਦੇ ਬੱਚਿਆਂ ਦੀਆਂ ਰਿਜੈਕਸ਼ਨਸ ਕਿਉਂ ਆ ਰਹੀਆਂ ਨੇ, ਉਹ ਕਿਉਂ ਇਹ ਜਿੱਥੇ ਵੀ ਇਹ ਕਮਿਟਮੈਂਟ ਕੀਤੀਆਂ ਜਾਂਦੀਆਂ ਨੇ 7%, 6%, ਉਹਨਾਂ ਦੀਆਂ ਕਿਸ ਬਿਹਾਵ 'ਤੇ ਉਹਨੂੰ ਵੀਜ਼ਾ ਅਫਸਰ ਨੇ ਰਿਜੈਕਸ਼ਨ ਦਿੱਤੀ ਹੈ। ਇਟ ਮੀਨਸ ਵੀਜ਼ਾ ਅਫੀਸਰ ਟੋਟਲ ਓਵਰਆਲ ਉਹਦਾ ਪ੍ਰੋਫਾਈਲ ਦੇਖਦਾ ਹੈ, ਵੀਜ਼ਾ ਅਫੀਸਰ ਇੱਕ ਚੀਜ਼ 'ਤੇ ਫੋਕਸ ਨਹੀਂ ਕਰਦਾ। ਮੇਰੇ ਵੱਲੋਂ ਜੋ ਚੀਜ਼ ਦੇਖੀ ਗਈ ਆ ਔਰ ਵਾਚ ਕੀਤੀ ਗਈ ਆ, ਮੈਂ ਇਸ ਚੀਜ਼ 'ਤੇ ਹੀ ਜ਼ੋਰ ਦੇਵਾਂਗੀ ਕਿ ਬੱਚੇ ਨੂੰ ਚਾਂਸ ਲੈਣਾ ਚਾਹੀਦਾ ਹੈ, ਕਿ ਥੱਕ ਹਾਰ ਕੇ ਘਰ 'ਚ ਨਹੀਂ ਬੈਠਣਾ ਚਾਹੀਦਾ, 10-10 ਵਾਰ ਆਈਲੈਟਸ ਦਾ ਪੇਪਰ ਦੇ ਕੇ ਬੱਚਾ ਇੰਨਾ ਫੈਡ ਅਪ ਹੋ ਚੁੱਕਿਆ ਇਸ ਟਾਈਮ ਮਾਰਕੀਟ ਦੇ ਵਿੱਚ ਕਿ ਬੱਚੇ ਨੂੰ ਵਿਚਾਰੇ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਮੈਂ ਕਿੱਧਰ ਨੂੰ ਜਾਵਾਂ ਔਰ ਕੀ ਕਰਾਂ। ਮੇਰੇ ਵੱਲੋਂ ਇਹੀ ਗਾਈਡੈਂਸ ਹੈ ਕਿ ਤੁਸੀਂ ਇੱਥੇ ਆਪਣਾ ਗੈਪ ਵਧਾਉਣ ਨਾਲੋਂ ਚੰਗਾ ਹੈ ਤੁਸੀਂ ਇੱਕ ਵਾਰ ਚਾਂਸ ਲਓ, ਅਪਲਾਈ ਕਰਕੇ ਵੇਖੋ, ਔਰ ਅੰਬੈਸੀ ਕਦੀ ਵੀ ਤੁਹਾਨੂੰ 5 ਸਾਲ ਦਾ ਬੈਨ ਨਹੀਂ ਕਰਦੀ। ਜੇ ਤੁਸੀਂ ਜੈਨੂਅਨ ਤਰੀਕੇ ਨਾਲ ਅੰਬੈਸੀ ਨੂੰ ਦੱਸਦੇ ਹੋ ਕਿ ਅਸੀਂ 5.5 ਸਾਡਾ
ਤੁਹਾਡਾ ਇਹ ਪ੍ਰੋਫਾਈਲ ਹੈ, ਅੰਬੈਸੀ ਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਆਪਣੀ ਜੈਨੂਇਨਟੀ ਦੱਸ ਦਿਓ, ਕਦੀ ਵੀ ਅੰਬੈਸੀ ਤੁਹਾਨੂੰ 5 ਸਾਲ ਲਈ ਬੈਨ ਨਹੀਂ ਕਰਦੀ, ਅੰਬੈਸੀ ਇੱਕ ਰੀਜ਼ਨ ਲੈ ਕੇ ਦੇਖਦੀ ਆ, ਦਿੰਦੀ ਹੈ ਕਿ ਤੁਸੀਂ ਇਸ ਚੀਜ਼ ਕੁਆਲੀਫਾਈ ਨਹੀਂ ਹੋ, ਇਹਨੂੰ ਕੰਪਲੀਟ ਕਰ ਲਓ, ਤੁਸੀਂ ਰੀਅਪਲਾਈ ਕਰ ਸਕਦੇ ਹੋ। ਇਸ ਕਰਕੇ ਇਹ ਨਾ ਸੋਚਿਆ ਕਰੋ ਕਿ ਸਾਡੀ ਇੱਕ ਵਾਰ ਰਿਜੈਕਸ਼ਨ ਆ ਗਈ ਅਤੇ ਅਸੀਂ ਅਪਲਾਈ ਨਹੀਂ ਕਰ ਸਕਦੇ, ਅਸੀਂ ਅੱਗੇ ਨਹੀਂ ਜਾ ਸਕਦੇ, ਸਾਡਾ ਫਿਊਚਰ ਖਰਾਬ ਹੋ ਗਿਆ, ਪਰ ਅੰਬੈਸੀ ਵੱਲੋਂ ਇਹੋ ਜਿਹਾ ਕੁਛ ਨਹੀਂ ਹੈ। ਇੱਕ ਵਾਰ ਤੁਹਾਡਾ ਰਿਫਿਊਜ਼ਲ ਵੀ ਆ ਗਿਆ, ਉਸ ਚੀਜ਼ ਨੂੰ ਅਸੀਂ ਕੰਪਲੀਟ ਕਰਕੇ ਸਟੀਮਲਾਈਨ ਕਰਕੇ ਫਿਰ ਫਾਈਲ ਨੂੰ ਰੀਅਪਲਾਈ ਕਰ ਸਕਦੇ ਹਾਂ। ਜੀ, ਕਾਫੀ ਬੱਚੇ ਜਿਹੜੇ 2016 ਪਾਸ ਆਊਟ ਸੀ, ਹੁਣ ਜਿਹੜੀ ਗੱਲ ਕੀਤੀ ਮੈਂ 2017 ਪਾਸ ਆਊਟ ਦੀ ਸੀ, 2016 ਪਾਸ ਆਊਟ ਬੱਚੇ ਜਿਹੜੇ ਆਇਲਸ ਵਾਰ ਵਾਰ ਕਰਨ ਤੋਂ ਬਾਅਦ ਵੀ 5 ਜਾਂ 5.5 ਬੈਂਡ ਤੋਂ ਇੰਪਰੂਵ ਨਹੀਂ ਕਰ ਪਾ ਰਹੇ, ਹੁਣ ਉਹ ਅਪਲਾਈ ਕਰ ਸਕਣਗੇ, ਸਾਲ ਡੇਢ ਸਾਲ ਦਾ ਉਹਨਾਂ ਦਾ ਜਿਹੜਾ ਗੈਪ ਹੋ ਗਿਆ, ਕਿਵੇਂ ਜਸਟੀਫਾਈ ਕੀਤਾ ਜਾਏਗਾ? ਕੁਲਦੀਪ ਜੀ, ਕੈਨੇਡਾ ਅੰਬੈਸੀ ਔਰ ਕੈਨੇਡੀਅਨ ਕਾਲਜ ਵੱਲੋਂ ਇਹ ਨਹੀਂ ਕਿਹਾ ਜਾਂਦਾ ਕਿ ਤੁਹਾਡੇ ਗੈਪ ਪੈ ਗਿਆ, 2 ਸਾਲ ਦਾ ਗੈਪ ਉੱਥੇ ਅਸੈਪਟੇਬਲ ਆ, ਤੁਸੀਂ ਅਪਲਾਈ ਕਰ ਸਕਦੇ ਹੋ, ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਤੁਹਾਡਾ ਗੈਪ ਆ ਉੱਥੇ ਅਸੀਂ ਕਲੈਰੀਫਾਈ ਕਰ ਦਾਂਗੇ ਕਿ ਅਸੀਂ ਆਈਲੈਟਸ ਦਾ ਪੇਪਰ 3-4 ਵਾਰ ਦੇ ਚੁੱਕੇ ਹਾਂ, ਜਾਂ ਅਸੀਂ ਅਦਰ ਕਿਤੇ ਹੋਰ ਕੰਮ ਕਰਦੇ ਸੀ, ਉਹ ਚੀਜ਼ ਅਸੀਂ ਇੱਕ ਜੈਨੂਅਨ ਤਰੀਕੇ ਨਾਲ ਉਹਨਾਂ ਨੂੰ ਦੱਸਾਂਗੇ, ਔਰ SOP 'ਚ ਆਪਾਂ ਉਹ ਪੂਰੀ ਚੀਜ਼ ਕਲੈਰੀਫਾਈ ਕਰਕੇ ਚੱਲਾਂਗੇ ਅੱਗੇ, ਅਤੇ ਬੱਚੇ ਅਪਲਾਈ ਕਰ ਸਕਦੇ ਨੇ ਜੇ ਉਹਨਾਂ ਦਾ 2 ਸਾਲ ਦਾ ਗੈਪ ਵੀ ਪੈ ਗਿਆ, 2 ਸਾਲ ਦਾ ਗੈਪ ਅਸੈਪਟੇਬਲ ਹੈ, ਕੈਨੇਡੀਅਨ ਅੰਬੈਸੀ 'ਚ ਵੀ ਅਸੈਪਟੇਬਲ ਆ, ਔਰ ਉੱਥੇ ਕਾਲਜਿਸ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੈ। ਔਰ ਜੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ, ਤੁਸੀਂ ਮੇਰੇ ਕੋਲ ਸਪਤੰਬਰ ਇਨਟੇਕ ਲਈ ਬਹੁਤ ਲਿਮਿਟਡ ਸੀਟਸ ਨੇ, ਔਰ ਤੁਸੀਂ ਜਲਦੀ ਤੋਂ ਜਲਦੀ ਕੰਪਨੀ 'ਚ ਵਿਜ਼ਿਟ ਕਰੋ। ਔਰ ਵੀ ਅਦਰ ਸਟੂਡੈਂਟਸ ਹੈ ਜੋ ਗਾਈਡੈਂਸ ਲੈਣਾ ਚਾਹੁੰਦੇ ਆ, ਮੇਰੀ ਕੰਪਨੀ ਵੱਲੋਂ ਗਾਈਡੈਂਸ ਦੀ ਕੋਈ ਫੀਸ ਨਹੀਂ ਰੱਖੀ ਗਈ, ਸਾਡੀ ਐਕਸਪਰਟ ਟੀਮ ਵੱਲੋਂ ਪ੍ਰੋਪਰ ਵੇ ਨਾਲ, ਸਾਡਾ ਕੰਮ ਹੈ ਕਿ ਅਸੀਂ ਮਾਰਕੀਟ 'ਚ ਅਵੇਅਰਨੈਸ ਲੈ ਕੇ ਆਈਏ, ਅਸੀਂ ਸਟੂਡੈਂਟਸ ਨੂੰ ਗਾਈਡ ਕਰ ਸਕੀਏ ਕਿ ਸਾਡੇ ਸਟੂਡੈਂਟ ਜਾ ਕੇ ਉੱਥੇ ਕਿਵੇਂ ਖਰਾਬ ਹੁੰਦੇ ਨੇ, ਕਿਵੇਂ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ, ਅਸੀਂ ਟਾਈਮ ਟੂ ਟਾਈਮ ਜਾਂਦੇ ਰਹਿੰਦੇ ਹਾਂ, ਸਾਡੇ ਜਿਨ੍ਹਾਂ ਯੂਨੀਵਰਸਿਟੀਜ਼ ਨਾਲ ਟਾਈ ਅਪਸ ਨੇ, ਅਸੀਂ ਉੱਥੇ ਜਾ ਕੇ ਦੇਖਦੇ ਹਾਂ ਸਟੂਡੈਂਟਸ ਨੂੰ ਬੜੀਆਂ ਪ੍ਰੋਬਲਮਸ ਹੁੰਦੀਆਂ ਨੇ, ਉਸ ਚੀਜ਼ਾਂ ਨੂੰ ਲੈ ਕੇ ਅਸੀਂ ਸਟੂਡੈਂਟਸ ਨੂੰ ਅਵੇਅਰ ਕਰ ਸਕੀਏ। ਮੈਂ ਨਹੀਂ ਕਹਿੰਦੀ ਤੁਸੀਂ ਅਪਲਾਈ ਕਰੋ ਮੇਰੀ ਕੰਪਨੀ 'ਚ, ਪਰ ਇੱਕ ਵਾਰ ਵਿਜ਼ਿਟ ਜ਼ਰੂਰ ਕਰੋ, ਮੈਂ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਗਾਈਡ ਕਰਾਂਗੀ, ਔਰ ਤੁਹਾਨੂੰ ਅਵੇਅਰ ਕਰਾਂਗੀ ਤੁਹਾਨੂੰ ਕਿਵੇਂ ਅੱਗੇ ਆਪਣੀ ਫਾਈਲ ਨੂੰ ਕਿਵੇਂ ਸਟੀਮਲਾਈਨ ਕਰਨਾ ਹੈ, ਔਰ ਅੱਗੇ ਕਿਹੜੇ ਕਿਹੜੇ ਪ੍ਰੋਵੀਜ਼ਨਸ ਨੇ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ। ਜਿਹੜੇ ਬੱਚਿਆਂ ਦੀ ਰਿਜੈਕਸ਼ਨ ਆ ਗਈ ਜਾਂ ਰਿਫਿਊਜ਼ਲ ਹੈ, ਜਿਹਨਾਂ ਬੱਚਿਆਂ ਦੀ ਹੁਣ, ਚਾਹੇ ਕੈਨੇਡਾ ਤੋਂ ਜਾਂ ਕਿਸੇ ਵੀ ਕੰਟਰੀ ਤੋਂ, ਕੈਨੇਡਾ ਲਈ ਐਲੀਜੀਬਲ ਹੋਣਗੇ ਤੇ ਕੀ ਉਹਨਾਂ ਦੀਆਂ ਰਿਕੁਆਇਰਮੈਂਟਸ ਹੋਣਗੀਆਂ, ਕੁਝ ਚੇਂਜਸ ਹੋਣਗੇ ਜਾਂ ਸੇਮ ਉਸੇ ਤਰ੍ਹਾਂ ਅਪਲਾਈ ਕਰਨਗੇ? ਕੁਲਦੀਪ ਜੀ, ਦੇਖੋ ਜੇ ਤਾਂ ਬੱਚਾ SPP ਦੇ ਵਿੱਚ ਅਪਲਾਈ ਪਹਿਲਾਂ ਕਰ ਚੁੱਕਿਆ ਤੇ ਉਹਦੀ ਰਿਜੈਕਸ਼ਨ ਆ ਚੁੱਕੀ ਹੈ ਕਿਸੇ ਰੀਜ਼ਨ ਦੇ ਕਰਕੇ, ਤੇ ਉਹਨੂੰ ਨੌਨ SPP 'ਚ ਅਪਲਾਈ ਕਰਨਾ ਪਏਗਾ, ਇਹ ਚੇਂਜਿੰਗ ਹੋਏਗੀ ਸਭ ਤੋਂ ਪਹਿਲਾਂ। ਦੂਸਰੀ ਗੱਲ ਇਹ ਹੈ ਕੁਲਦੀਪ ਜੀ ਕਿ ਬੱਚੇ ਦੀ ਰਿਜੈਕਸ਼ਨ ਜੇ ਇੱਕ ਵਾਰ ਆ ਗਈ ਆ ਤਾਂ ਉਹਨੂੰ ਕੋਈ ਬੈਨ ਨਹੀਂ ਲਗਾ ਦਿੱਤਾ ਕੈਨੇਡੀਅਨ ਅੰਬੈਸੀ ਨੇ ਜਾਂ ਹਾਈ ਕਮਿਸ਼ਨ ਨੇ ਕਿ ਤੂੰ ਅਪਲਾਈ ਨਹੀਂ ਕਰ ਸਕਦਾ, ਉਹਦੇ ਵਿੱਚ ਕੋਈ ਨਾ ਕੋਈ ਕੈਨੇਡੀਅਨ ਅੰਬੈਸੀ ਨੇ ਰੀਜ਼ਨ ਦਿੱਤਾ ਹੋਏਗਾ, ਆਪਣੀ ਰਿਫਿਊਜ਼ਲ ਲੈਟਰ ਲੈ ਕੇ ਇੱਕ ਵਾਰ ਮੈਨੂੰ ਜ਼ਰੂਰ ਮਿਲੇ, ਉਹਦੇ 'ਚ ਕਲੀਅਰ ਕੀਤਾ ਹੋਏਗਾ ਜਿਹੜੀ ਚੀਜ਼ ਨੂੰ ਆਪਾਂ ਅੱਗੇ ਕਲੈਰੀਫਾਈ ਕਰਾਂਗੇ ਅੰਬੈਸੀ ਨੂੰ ਕਿ ਇਹ ਰੀਜ਼ਨ ਤੁਸੀਂ ਦਿੱਤਾ ਸੀ, ਇਹਨੂੰ ਅਸੀਂ ਫੁਲਫਿਲ ਕਰ ਲਿਆ ਅਤੇ ਦੈਨ ਅਸੀਂ ਅਪਲਾਈ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ। ਉਹ ਚੀਜ਼ਾਂ ਮੈਂ ਸਾਰੀਆਂ ਉਹਨਾਂ ਨੂੰ ਪ੍ਰੋਪਰ ਜਦੋਂ ਮੇਰੇ ਕੋਲ ਡਾਕੂਮੈਂਟਸ ਲੈ ਕੇ ਆਉਣਗੇ, ਮੈਂ ਕਲਾਇੰਟ ਨੂੰ ਵਾਰ ਵਾਰ ਕਹਿੰਦੀ ਹਾਂ ਕਿ ਮੇਰੇ ਕੋਲ ਝੂਠ ਨਾ ਬੋਲੋ, ਤੁਹਾਡੀ ਇੱਕ ਵਾਰ ਰਿਫਿਊਜ਼ਲ ਆ, 2 ਵਾਰ ਰਿਫਿਊਜ਼ਲ ਆ, ਤੁਸੀਂ ਪ੍ਰੋਪਰ ਦੱਸੋ, ਤੁਹਾਡਾ 2 ਸਾਲ ਦਾ ਗੈਪ ਆ, 3 ਸਾਲ ਦਾ ਗੈਪ ਆ, ਤੁਸੀਂ ਪ੍ਰੋਪਰ ਦੱਸੋ। ਜਦੋਂ ਤੁਸੀਂ ਸਾਨੂੰ ਪੂਰੀ ਸੱਚਾਈ ਦੱਸੋਗੇ, ਜੈਨੂਇਨਟੀ ਦੱਸੋਗੇ, ਅਸੀਂ ਅੰਬੈਸੀ ਨੂੰ, ਵੀਜ਼ਾ ਆਫੀਸਰ ਨੂੰ ਜੈਨੂਇਨਟੀ ਦੱਸਾਂਗੇ ਅਤੇ ਜੈਨੂਇਨਟੀ ਦੇ ਵਿਹਾਵ 'ਤੇ ਅੱਛੇ ਡਿਸੀਜ਼ਨ ਆਉਣਗੇ, ਸਾਡੇ ਵੀਜ਼ਾ ਚਾਂਸਿਸ ਹੋਣਗੇ। ਇਸ ਕਰਕੇ ਕਿਸੇ ਵੀ ਚੀਜ਼ ਨੂੰ ਹਿਡਨ ਨਾ ਰੱਖਿਆ ਕਰੋ, ਕਿਸੇ ਵੀ ਚੀਜ਼ ਨੂੰ ਛੁਪਾਇਆ ਨਾ ਕਰੋ, ਆਪਣੇ ਡਾਕੂਮੈਂਟਸ ਨਾਲ ਲੈ ਕੇ ਆਇਆ ਕਰੋ ਸਾਡੀ ਕੰਪਨੀ ਦੇ ਵਿੱਚ, ਜੋ ਤੁਹਾਨੂੰ ਪ੍ਰੋਪਰ ਗਾਈਡੈਂਸ ਮਿਲਦੀ ਹੈ, ਬਣਦੀ ਹੈ ਮੇਰੇ ਵੱਲੋਂ ਔਰ ਮੇਰੀ ਟੀਮ ਵੱਲੋਂ, ਤੁਹਾਨੂੰ ਪ੍ਰੋਪਰ ਗਾਈਡੈਂਸ ਦਿੱਤੀ ਜਾਊਗੀ। ਔਰ ਜੇ ਤੁਹਾਨੂੰ ਕੋਈ ਪਰਸਨਲ ਮੀਟ ਚਾਹੀਦੀ ਹੈ ਮੇਰੇ ਵੱਲੋਂ, ਤਾਂ ਤੁਸੀਂ ਅਪੁਆਇੰਟਮੈਂਟ ਲੈ ਕੇ ਆਇਆ ਕਰੋ, ਮੈਂ ਜ਼ਰੂਰ ਤੁਹਾਨੂੰ ਮਿਲਾਂਗੀ। ਔਰ ਮੈਂ ਇਹੀ ਹਰ ਸਟੂਡੈਂਟਸ ਨੂੰ ਕਹਿੰਦੀ ਹਾਂ ਕਿ ਕਿਸੇ ਵੀ ਏਜੰਟ ਦੇ ਧੋਖੇ 'ਚ, ਪੈਕੇਜ ਦੇ ਚੱਕਰਾਂ 'ਚ ਨਾ ਪਿਆ ਕਰੋ, ਜੋ ਗਵਰਨਮੈਂਟ ਫੀਸਿਸ ਨੇ ਉਹਦੇ 'ਤੇ ਫੋਕਸ ਕਰਿਆ ਕਰੋ ਕਿ ਜੀ ਇਹ ਫੀਸ ਕਿਸ ਚੀਜ਼ ਦੀ ਹੈ, ਜਿਹੜੀ ਮੈਂ ਤੁਹਾਨੂੰ ਬਾਅਦ 'ਚ ਫੀਸ ਦੇਣੀ ਹੈ, ਕਿਸ ਚੀਜ਼ ਦੀ ਫੀਸ ਦੇਣੀ ਹੈ, ਕੋਈ ਕਾਲਜ ਦੀ ਫੀਸ ਹੈ ਜਾਂ ਤੁਹਾਡੀ ਕੋਈ ਪਰਸਨਲ ਫੀਸ ਹੈ, ਇਹ ਸਾਰੀਆਂ ਚੀਜ਼ਾਂ ਲਈ ਅਵੇਅਰ ਰਿਹਾ ਕਰੋ। ਔਰ ਵੀਜ਼ਾ ਤੁਹਾਡੇ ਪ੍ਰੋਫਾਈਲ 'ਤੇ ਲੱਗਣਾ ਹੈ, ਕਿਸੇ ਵੀ ਏਜੰਟ ਨੇ ਜਾਂ ਕਿਸੇ ਵੀ ਕੰਸਲਟੈਂਟ ਨੇ ਤੁਹਾਨੂੰ ਵੀਜ਼ਾ ਬਣਾ ਕੇ ਨਹੀਂ ਦੇਣਾ, ਆਪਣੇ ਕੋਲ ਵੀਜ਼ਾ ਵੀਜ਼ਾ ਆਫੀਸਰ ਨੇ ਦੇਣਾ, ਤੁਹਾਡੀ ਪ੍ਰੋਫਾਈਲ 'ਤੇ ਦੇਣਾ। ਇਸ ਕਰਕੇ ਇਹਨਾਂ ਚੀਜ਼ਾਂ ਲਈ ਅਵੇਅਰ ਰਹੋ ਔਰ ਬਾਅਦ ਦੀਆਂ ਗਰੰਟੀ ਦੀਆਂ ਚੱਕਰਾਂ 'ਚ ਨਾ ਪਓ। ਕੋਈ ਵੀ ਕੰਸਲਟੈਂਟ 'ਚ ਇੰਨੀ ਹਿੰਮਤ ਨਹੀਂ ਤੁਹਾਨੂੰ ਵੀਜ਼ਾ ਲੈ ਕੇ ਦੇਵੇ, ਸਿਰਫ ਤੁਹਾਡੇ ਪ੍ਰੋਫਾਈਲ ਨੂੰ ਸਟੀਮਲਾਈਨ ਕਰਕੇ ਏਜੰਟ ਜਾਂ ਕੰਸਲਟੈਂਟ ਲਗਾ ਸਕਦਾ ਹੈ, ਕਿਸੇ ਵੱਲੋਂ ਵੀਜ਼ਾ ਲੈ ਕੇ ਨਹੀਂ ਦਿੱਤਾ ਜਾ ਸਕਦਾ। ਤੁਹਾਡੀ ਪ੍ਰੋਫਾਈਲ ਨਾਲ ਕਦੀ ਵੀ ਕਿਸੇ ਨੂੰ ਛੇੜਛਾੜ ਨਾ ਕਰਨ ਦਿਓ, ਮੇਰੇ ਵੱਲੋਂ ਜੋ ਕਲਾਇੰਟ ਦੀ ਜੈਨੂਇਨਟੀ ਆ, ਜੋ ਪ੍ਰੋਫਾਈਲ ਆ, ਸਾਡੀ ਐਕਸਪਰਟ ਟੀਮ ਵੱਲੋਂ ਉਹੀ ਅੰਬੈਸੀ 'ਚ ਦਿੱਤੀ ਜਾਂਦੀ ਆ, ਸਾਡੇ ਵੱਲੋਂ ਕਲਾਇੰਟ ਦੇ ਨਾਲ ਡਾਕੂਮੈਂਟਸ ਦੇ ਨਾਲ ਜਾਂ ਉਹਦੀ ਅਨਜੈਨੂਇਨਟੀ ਕਦੀ ਨਹੀਂ ਸ਼ੋਅ ਕੀਤੀ ਜਾਂਦੀ। ਇਸ ਕਰਕੇ ਮੈਂ ਕਲਾਇੰਟ ਨੂੰ ਵੀ ਕਹਿੰਦੀ ਹਾਂ, ਮੈਨੂੰ 100% ਆਪਣਾ ਦਿਆ ਕਰੋ, ਹਿਡਨ
ਕਰੋ ਤਾਂ ਕਿ ਆਪਾਂ ਅੱਗੇ ਵੀਜ਼ਾ ਲੈਣ ਦੇ ਵਿੱਚ ਸਕਸੈਸਫੁਲ ਹੋ ਸਕੀਏ, ਅਸੀਂ ਵੀਜ਼ਾ ਆਫੀਸਰ ਨੂੰ ਵੀ ਦੱਸ ਸਕੀਏ ਕਿ ਅਸੀਂ ਐਵੇਂ ਐਵੇਂ ਕਰਕੇ ਅਸੀਂ ਆਹ ਚੀਜ਼ਾਂ ਜਿਹੜੀਆਂ ਪਹਿਲਾਂ ਲਗਾ ਚੁੱਕੇ ਹਾਂ ਇਹ ਚੀਜ਼ਾਂ ਹੁਣ ਅਸੀਂ ਲਗਾ ਰਹੇ ਹਾਂ ਅਤੇ ਤਾਂ ਕਿ ਅਸੀਂ ਸਕਸੈਸ ਰਹੀਏ ਅਤੇ ਸਾਨੂੰ ਵੀਜ਼ਾ ਮਿਲ ਸਕਣ। ਕੈਨੇਡਾ ਦੀ ਜਦੋਂ ਗੱਲ ਕਰਦੇ ਹਾਂ ਕੋਰਸ ਸਿਲੈਕਸ਼ਨ ਦੇ ਉੱਤੇ ਕਾਫੀ ਜਿਹੜਾ ਦਾਰੋਮਦਾਰ ਟਿਕਿਆ ਰਹਿੰਦਾ, ਚੰਗੇ ਕੋਰਸ ਦੀ ਸਿਲੈਕਸ਼ਨ ਵੀਜ਼ਾ ਦਵਾ ਸਕਦੀ, ਗਲਤ ਕੋਰਸ ਦੀ ਸਿਲੈਕਸ਼ਨ ਰਿਜੈਕਸ਼ਨ ਦਾ ਕਾਰਨ ਬਣ ਸਕਦੀ ਹੈ। ਜਦੋਂ ਇੱਕ ਬੱਚਾ 5.5 ਨਾਲ ਅਪਲਾਈ ਕਰ ਰਿਹਾ, ਹੁਣ ਲਾਸਟ ਟਾਈਮ ਜਦੋਂ ਚੱਲ ਰਿਹਾ ਕਾਫੀ ਸਾਰੇ ਸੀਟਸ ਜਿਹੜੀਆਂ ਅਵੇਲੇਬਲ ਨਹੀਂ ਹੋਣਗੀਆਂ, ਕਾਫੀ ਕਾਲਜ ਅਵੇਲੇਬਲ ਨਹੀਂ ਹੋਣਗੇ, ਕਿੰਨੇ ਕੁ ਆਪਸ਼ਨ ਨੇ ਬੱਚਿਆਂ ਕੋਲ ਜਾਂ ਕਾਫੀ ਬੱਚੇ ਨੇ ਜਿਹੜੇ ਫਿਰ ਹੁਣ ਜਨਵਰੀ ਦੇ ਲਈ ਰੈਫਰ ਕੀਤੇ ਜਾਣਗੇ? ਕੁਲਦੀਪ ਜੀ, ਜੋ ਸਟੂਡੈਂਟਸ ਸਾਡੇ ਕੋਲ ਇਸ ਜੂਨ ਦੇ ਮੰਥ 'ਚ ਆ ਜਾਏਗਾ ਉਹਨੂੰ ਅਸੀਂ ਸਪਤੰਬਰ ਤੱਕ ਇਨਟੇਕ ਲੈ ਕੇ ਫਾਈਲ ਆਪਣੇ ਫਾਸਟ ਵੇ ਨਾਲ ਕੰਮ ਫਾਸਟ ਤਰੀਕੇ ਨਾਲ ਕੰਮ ਕਰਕੇ ਅਸੀਂ ਉਸ ਬੱਚੇ ਨੂੰ ਉੱਥੇ ਸਪਤੰਬਰ ਇਨਟੇਕ ਲਈ ਉਹਨੂੰ ਕੁਆਲੀਫਾਈ ਕਰ ਲਾਂਗੇ। ਔਰ ਜੇ ਬੱਚਾ ਸਾਡੇ ਕੋਲ ਐਂਡ ਫਾਲ ਇੱਕ ਮਹੀਨਾ ਰਹਿ ਜਾਂਦਾ ਹੈ ਜਦੋਂ ਇਨਟੇਕ ਦੇ ਵਿੱਚ ਬੱਚਾ ਸਾਡੇ ਕੋਲ ਆਏਗਾ ਅਤੇ ਉਹ ਕਹੇਗਾ ਸਾਡੀ ਪ੍ਰੋਫਾਈਲ ਨੂੰ ਜੀ ਫਟਾਫਟ ਐਡਮਿਸ਼ਨ, ਐਡਮਿਸ਼ਨ 'ਚ ਸੀਟਸ ਇੰਨੀ ਪ੍ਰੋਬਲਮ ਨਹੀਂ ਆਉਂਦੀ ਜਿੰਨੀ ਪ੍ਰੋਬਲਮ ਸਾਨੂੰ ਆਪਣੀ ਫਾਈਲ ਨੂੰ ਸਟੀਮ ਲਾਈਨ ਕਰਨ ਦੇ ਵਿੱਚ ਆਉਂਦੀ ਹੈ ਕਿ ਪ੍ਰੋਫਾਈਲ ਨੂੰ ਪੂਰੀ ਨੂੰ ਸਟੀਮ ਲਾਈਨ 'ਚ ਕਰਨਾ, ਉਹਦੇ ਲਈ ਸਾਨੂੰ ਵੀ ਟਾਈਮ ਚਾਹੀਦਾ ਹੁੰਦਾ ਹੈ। ਅਤੇ ਔਰ ਅੰਬੈਸੀ 'ਚ ਵੀ ਜਦੋਂ ਤੁਸੀਂ ਫਾਈਲ ਨੂੰ ਇਨਟੇਕ ਤੋਂ ਪਹਿਲਾਂ ਲਗਾਉਂਦੇ ਹੋ, 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਲਗਾਉਂਦੇ ਹੋ, ਤਾਂ ਵੀਜ਼ਾ ਆਫੀਸਰ ਨੂੰ ਇਹ ਚੀਜ਼ਾਂ ਸਮਝਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਅਤੇ ਵੀਜ਼ਾ ਅਫਸਰ ਵੀ ਇਹਨਾਂ ਚੀਜ਼ਾਂ ਨੂੰ ਈਜ਼ੀਲੀ ਸਮਝ ਲੈਂਦਾ ਹੈ ਕਿ ਬੱਚਾ ਵਾਕਿਆ ਹੀ ਇੱਕ ਤਰੀਕੇ ਨਾਲ ਚੱਲ ਰਿਹਾ ਹੈ ਕਿ ਪਹਿਲਾਂ ਉਹਨੂੰ ਅਵੇਅਰਨੈਸ ਹੈ ਕਿ ਉੱਥੇ ਜਾ ਕੇ ਉਹਨੇ 9 ਤਰੀਕ ਨੂੰ ਕਲਾਸਿਸ ਲਗਾਉਣੀਆਂ ਹੈ। ਅਤੇ ਅੰਬੈਸੀ ਦਾ ਟਾਈਮ ਵੀ 40 ਡੇਜ਼ ਹੁੰਦਾ ਹੈ ਜਿਹਦੇ ਵਿੱਚ ਸਾਨੂੰ ਘੱਟੋ ਘੱਟ ਨਹੀਂ ਇਨਟੇਕ ਤੋਂ 3 ਮਹੀਨੇ ਪਹਿਲਾਂ ਫਾਈਲ ਅੰਬੈਸੀ ਦੇ ਵਿੱਚ ਆਪਣੀ ਪਹੁੰਚਾ ਦੇਣੀ ਚਾਹੀਦੀ ਆ। ਅਤੇ ਬਾਕੀ ਜਿਹੜੇ ਸਟੂਡੈਂਟ ਸਾਡੇ ਰਹਿ ਜਾਣਗੇ ਉਹਨਾਂ ਨੂੰ ਜੈਨ ਇਨਟੇਕ ਲਈ ਰੈਫਰ ਕੀਤਾ ਜਾਏਗਾ। ਜਨਵਰੀ ਇਨਟੇਕ ਲਈ ਬੱਚੇ ਹੁਣੇ ਤੋਂ ਫਾਈਲ ਅਪਲਾਈ ਕਰ ਸਕਦੇ ਨੇ ਜਾਂ ਤਿਆਰੀ ਕਰ ਸਕਦੇ ਨੇ? ਬਿਲਕੁਲ ਕੁਲਦੀਪ ਜੀ, ਆਪਣੀ ਫਾਈਲ ਨੂੰ ਉਹ ਤਿਆਰੀ ਕਰ ਸਕਦੇ ਨੇ ਜੈਨ ਇਨਟੇਕ ਲਈ। ਜੇ ਉਹਨਾਂ ਨੇ ਜੈਨ ਇਨਟੇਕ ਲਈ ਐਡਮਿਸ਼ਨਸ ਲੈਣੀਆਂ ਨੇ ਉਹਨਾਂ ਕੋਲ ਖੁੱਲ੍ਹਾ ਟਾਈਮ ਹੋਏਗਾ, ਆਰਾਮ ਨਾਲ ਉਹਨਾਂ ਦੀ ਪ੍ਰੋਫਾਈਲ ਬਣੇਗੀ। ਤੁਹਾਨੂੰ ਵੀ ਪਤਾ ਹੈ ਜਲਦਬਾਜ਼ੀ ਦੇ ਵਿੱਚ ਫੈਸਲੇ ਗਲਤ ਹੋ ਜਾਂਦੇ ਨੇ, ਇਸ ਕਰਕੇ ਬੱਚਿਆਂ ਨੂੰ ਜੈਨ ਇਨਟੇਕ ਲਈ ਐਡਮਿਸ਼ਨਸ ਲੈਣੀਆਂ ਅਤੇ ਵੈਲਕਮ ਹੈ, ਤੁਸੀਂ ਸਾਡੇ ਕੋਲ ਆਓ। ਸਾਡੇ ਕੋਲ ਪ੍ਰੋਵੀਜ਼ਨਸ ਵੀ ਬਹੁਤ ਹੋਣਗੇ, ਸਾਡੀ ਚੋਇਸ ਵੀ ਹੋ ਜਾਏਗੀ, ਸਾਡੇ ਕੋਲ ਕਾਲਜਸ ਯੂਨੀਵਰਸਿਟੀਜ਼ ਵੀ ਬਹੁਤ ਹੋਣਗੀਆਂ ਉਸ ਟਾਈਮ ਲਈ, ਸਾਡੇ ਕੋਲ ਕਾਫੀ ਅੱਛਾ ਟਾਈਮ ਬਚਿਆ ਹੋਇਆ, ਇਸ ਕਰਕੇ ਜੈਨ ਇਨਟੇਕ ਲਈ ਵੀ ਤੁਸੀਂ ਸਾਡੇ ਕੋਲ ਹੁਣ ਅਪਲਾਈ ਕਰ ਸਕਦੇ ਹੋ। ਜੀ, ਇਹ ਵੀ ਫਰਕ ਰਹੇਗਾ ਸਪਤੰਬਰ ਇਨਟੇਕ ਖਤਮ ਹੁੰਦੇ ਜਿਹੜੇ ਬੱਚੇ ਸ਼ੁਰੂ ਵਿੱਚ ਫਾਈਲਸ ਅਪਲਾਈ ਕਰ ਦੇਣਗੇ ਉਹਨਾਂ ਦਾ ਸਕਸੈਸ ਰੇਟ ਜ਼ਿਆਦਾ ਰਹੇਗਾ? ਬਿਲਕੁਲ ਕੁਲਦੀਪ ਜੀ, ਉਸ ਟਾਈਮ ਰਸ਼ ਘੱਟ ਹੁੰਦਾ ਹੈ, ਜਦੋਂ ਤੁਸੀਂ ਮੈਨੂੰ ਕੋਈ ਕੰਮ ਰਸ਼ ਦੇ ਵਿੱਚ ਦਿਓਗੇ ਤਾਂ ਉਸ ਟਾਈਮ ਮੈਂ ਜਲਦਬਾਜ਼ੀ 'ਚ ਕੋਈ ਗਲਤ ਫੈਸਲਾ ਵੀ ਲੈ ਸਕਦੀ ਹਾਂ ਜਾਂ ਜਲਦਬਾਜ਼ੀ ਤੁਹਾਡੀ ਪ੍ਰੋਫਾਈਲ ਨੂੰ ਧਿਆਨ ਨਾਲ ਨਹੀਂ ਦੇਖਿਆ। ਅਤੇ ਇਸ ਵਿੱਚ ਵੀਜ਼ਾ ਸਕਸੈਸ ਰੇਟ ਅੱਛੇ ਹੁੰਦੇ ਨੇ, ਉਸ ਟਾਈਮ ਅੰਬੈਸੀ 'ਚ ਰਸ਼ ਘੱਟ ਹੁੰਦਾ ਹੈ ਅਤੇ ਵੀਜ਼ਾ ਅਫਸਰ ਵੀ ਚੰਗੀ ਤਰ੍ਹਾਂ ਤੁਹਾਡੀ ਪ੍ਰੋਫਾਈਲ ਨੂੰ ਦੇਖ ਪਾਉਂਦਾ ਹੈ। ਕ੍ਰੀਏਟਿਵ ਫਿਊਚਰ ਤੋਂ ਗੁਰਪ੍ਰੀਤ ਕੌਰ ਮੈਮ ਮੇਰੇ ਨਾਲ ਸੀ, ਸਮਾਂ ਜਿਹੜਾ ਖਤਮ ਹੋ ਗਿਆ, ਘੜੀ ਦੀ ਸੂਈਆਂ ਨੇ ਇਸ਼ਾਰਾ ਕਰ ਦਿੱਤਾ, ਪਰ ਤੁਹਾਡੇ ਲਈ ਸਮੇਂ ਦੀ ਕੋਈ ਲਿਮਿਟੇਸ਼ਨ ਜਾਂ ਬਾਉਂਡੇਸ਼ਨ ਨਹੀਂ, ਤੁਸੀਂ ਕਿਸੇ ਵੀ ਵੇਲੇ ਸਕਰੋਲ ਕੀਤੇ ਜਾ ਰਹੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਨੰਬਰ ਨਹੀਂ ਲੱਗਦਾ ਮੈਸੇਜ ਛੱਡਿਆ ਜਾ ਸਕਦਾ, ਪਰਸਨਲੀ ਵਿਜ਼ਿਟ ਕੀਤਾ ਜਾ ਸਕਦਾ, ਮੈਡਮ ਨੂੰ ਮਿਲਣਾ ਚਾਹੁੰਦੇ ਹੋ ਅਪੁਆਇੰਟਮੈਂਟ ਲੈ ਕੇ ਮਿਲਿਆ ਜਾ ਸਕਦਾ, ਡਾਕੂਮੈਂਟਸ ਮੇ ਤੁਸੀਂ ਫ੍ਰੀ ਆਫ ਕੋਸਟ ਅਸੈਸਮੈਂਟ ਕਰਾ ਕੇ ਜਿਹੜੀ ਸਾਰੀ ਜਾਣਕਾਰੀ ਲੈ ਸਕਦੇ। ਸ਼ੁਕਰੀਆ, ਧੰਨਵਾਦ ਮੈਮ ਸ਼ੋਅ ਦੇ ਵਿੱਚ ਆਉਣ ਲਈ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਜੀ, ਸੋ ਕੋਈ ਵੀ ਸਵਾਲ ਤੁਹਾਡੇ ਜ਼ਿਹਨ ਦੇ ਵਿੱਚ ਕ੍ਰੀਏਟਿਵ ਫਿਊਚਰ ਦੀ ਟੀਮ ਨਾਲ ਸਾਂਝਾ ਕਰ ਸਕਦੇ ਹੋ, ਫਿਰ ਕਿਸੇ ਦਿਨ ਮੈਡਮ ਨੂੰ ਸੱਦਾ ਦੇਵਾਂਗੇ ਅਤੇ ਹੋਰ ਜਿਹੜੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਦੇ ਲਈ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।